ਸਤਿ ਸ਼੍ਰੀ ਅਕਾਲ, ਮੈਂ ਹਾਮਰਿਤ ਵਰਦੀ ਅਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਖਾਸ ਅਤੇ ਵਿਲੱਖਣ ਸ਼ੋਅ ਪੰਜਾਬ ਬੋਲਦਾ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਇੱਕ ਨਵੇਂ ਵਿਸ਼ੇ ਦੀ ਗੱਲ ਕਰਦੇ ਹਾਂ ਅਤੇ ਪੰਜਾਬ ਦੇ ਲੋਕ ਕੀ ਬੋਲਦੇ ਨੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਅੱਜ ਗੱਲ ਕਰਾਂਗੇ ਸੈਸ਼ਨਸ ਦੀ, ਇਜਲਾਸ ਦੀ, ਚਾਹੇ ਉਹ ਪਾਰਲੀਮੈਂਟ ਦਾ ਇਜਲਾਸ ਹੋਵੇ ਜਾਂ ਫਿਰ ਪੰਜਾਬ ਵਿਧਾਨ ਸਭਾ ਦਾ ਇਜਲਾਸ ਹੋਵੇ, ਜਦੋਂ ਮੌਨਸੂਨ ਇਜਲਾਸ ਹੁੰਦਾ ਹੈ ਜਾਂ ਫਿਰ ਸਰਦ ਰੁੱਤ ਇਜਲਾਸ ਹੁੰਦਾ ਹੈ, ਇਜਲਾਸ ਜਦੋਂ ਸੱਦੇ ਜਾਂਦੇ ਨੇ ਅਤੇ ਇਹਨਾਂ ਦੇ ਵਿੱਚ ਕੀ ਲੋਕ ਹਿੱਤ, ਲੋਕ ਮੁੱਦਿਆਂ ਦੀ ਚਰਚਾ ਹੁੰਦੀ ਹੈ ਜਾਂ ਫਿਰ ਹਰ ਵਾਰ ਜਿਹੜੇ ਇਹ ਸੈਸ਼ਨਸ ਨੇ ਹੰਗਾਮਿਆਂ ਦੀ ਹੀ ਭੇਂਟ ਚੜ੍ਹ ਜਾਂਦੇ ਨੇ। ਹਾਲ ਹੀ ਦੇ ਵਿੱਚ ਪਾਰਲੀਮੈਂਟ ਦਾ ਸੈਸ਼ਨ ਦਾ ਪਾਰਲੀਮੈਂਟ ਦਾ ਇਜਲਾਸ ਵੀ ਖਤਮ ਹੋ ਕੇ ਹਟਿਆ ਹੈ, 18 ਦਿਨ ਦੀ ਜਿਹੜੀ ਉਹ ਕੁੱਲ ਕਾਰਵਾਈ ਹੋਈ ਹੈ, ਪਰ ਇਹਨਾਂ 18 ਦਿਨਾਂ ਦੇ ਵਿੱਚ ਜਿਹੜਾ ਹੈ ਉਹ ਹੰਗਾਮੇ ਰੱਜ ਕੇ ਹੋਏ ਨੇ ਅਤੇ ਲੋਕਾਂ ਦੇ ਜਿਹੜੇ ਮੁੱਦੇ ਸੀਗੇ, ਲੋਕਾਂ ਦੇ ਨਾਲ ਜਿਹੜੇ ਅਹਿਮ ਮੁੱਦੇ ਜੁੜੇ ਹੋਏ ਸੀ, ਉਹਨਾਂ ਦੇ ਉੱਪਰ ਕੋਈ ਵੀ ਜਿਹੜੀ ਹੈ ਉਹ ਚਰਚਾ ਨਹੀਂ ਹੋ ਪਾਈ। ਸੱਤਾਧਿਰ ਵਿਰੋਧੀ ਧਿਰ ਨੂੰ ਘੇਰਦੀ ਹੈ ਅਤੇ ਵਿਰੋਧੀ ਧਿਰ ਜਿਹੜੀ ਹੈ ਉਹ ਹਾਕਮ ਧਿਰਾਂ ਨੂੰ ਘੇਰਦੀ ਹੈ। ਉੱਥੇ ਇੱਕ ਜਿਹੜਾ ਅਖਾੜਾ ਬਣਾ ਲਿਆ ਜਾਂਦਾ ਹੈ ਜੰਗ ਦਾ, ਅਤੇ ਲੋਕ ਕੀ ਸੋਚਦੇ ਨੇ ਕਿ ਚਾਹੇ ਕੋਈ ਵੀ ਇਜਲਾਸ ਹੋਵੇ, ਪੰਜਾਬ ਵਿਧਾਨ ਸਭਾ ਦਾ ਇਜਲਾਸ ਹੋਵੇ, ਪੰਜਾਬ ਦੇ ਲੋਕ ਕੀ ਸੋਚਦੇ ਨੇ ਕਿ ਇਹਨਾਂ ਇਜਲਾਸਾਂ ਦੇ ਵਿੱਚੋਂ ਜਿਹੜਾ ਹੈ ਉਹ ਕੁਝ ਨਿਕਲ ਕੇ ਬਾਹਰ ਆਉਂਦਾ ਹੈ ਜਾਂ ਫਿਰ ਇਹ ਪੈਸੇ ਦੀ ਵੇਸਟੇਜ ਹੁੰਦੀ ਹੈ, ਹੰਗਾਮਿਆਂ ਦੀ ਭੇਂਟ ਚੜ੍ਹ ਜਾਂਦਾ ਹੈ। ਪੰਜਾਬ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਗੁਰਇਕਬਾਲ ਸਿੰਘ। ਗੁਰਇਕਬਾਲ ਸਿੰਘ ਜੀ, ਕੀ ਲੱਗਦਾ ਹੈ ਕਿ ਚਾਹੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਹੋਵੇ ਜਾਂ ਫਿਰ ਪਾਰਲੀਮੈਂਟ ਦਾ ਇਜਲਾਸ ਹੋਵੇ, ਇਹਨਾਂ ਦੇ ਵਿੱਚੋਂ ਅੱਜ ਤੱਕ ਕੁਝ ਨਿਕਲ ਕੇ ਸਾਹਮਣੇ ਆਇਆ ਹੈ? ਮੈਮ, 71 ਸਾਲ ਹੋ ਗਏ ਦੇਸ਼ ਆਜ਼ਾਦ ਹੋਇਆ ਅਤੇ 71 ਸਾਲ ਦੇ ਵਿੱਚ ਹਿੰਦੁਸਤਾਨ ਦੀ ਪੋਲੀਟਿਕਸ ਅਜੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਤੋਂ ਬਾਹਰ ਨਹੀਂ ਨਿਕਲ ਸਕੀ। ਜੇ ਵਿਕਾਸ ਦੀ ਗੱਲ ਕਰਨਗੇ, ਕਹਿਣਗੇ ਗਲੀਆਂ ਬਣਾਤੀਆਂ, ਨਾਲੀਆਂ ਬਣਾਤੀਆਂ। ਨੌਜਵਾਨ ਯੂਥ ਬੇਰੁਜ਼ਗਾਰ ਫਿਰ ਰਿਹਾ ਵਾ। ਸੋਸ਼ਲ ਸਿਕਿਉਰਿਟੀ ਕਿਸੇ ਨੂੰ ਨਹੀਂ ਹੈ। 250 ਰੁਪਏ ਦੀ ਪੈਨਸ਼ਨ ਕਿਸੇ ਨੂੰ ਦੇ ਕੇ ਦਾਅਵੇ ਕਰਦੇ ਨੇ ਵੀ ਅਸੀਂ ਬਹੁਤ ਹੈਲਪ ਕਰ ਰਹੇ ਹਾਂ ਬਜ਼ੁਰਗਾਂ ਦੀ, ਅੰਗਹੀਣਾਂ ਦੀ। ਕੀ ਤੁਸੀਂ ਸਮਝਦੇ 250 ਰੁਪਏ ਨਾਲ ਕਿਸਾ ਗੁਜ਼ਾਰਾ ਚੱਲਦਾ? ਕੋਈ ਕੰਕਰੀਟ ਪੋਲਸੀ ਨਹੀਂ ਹੈ। ਜਿਹੜੇ MLA ਨੇ, MPs ਨੇ, ਇਹਨਾਂ ਦੀਆਂ ਪੈਨਸ਼ਨਾਂ ਸਦਾ ਬਹਾਰ ਚੱਲਦੀਆਂ। ਬੇਸ਼ੱਕ 5 ਸਾਲ ਵਾਸਤੇ ਉਹ ਆਪਣੇ ਟਨੋਰ 'ਤੇ ਰਹਿਣ, ਦੂਜੇ ਪਾਸੇ ਇੱਕ ਬੰਦਾ 20 ਸਾਲ ਦੀ ਜੋਬ ਕਰਦਾ, ਬੇਸ਼ੱਕ ਉਹ ਆਰਮੀ ਦੇ ਵਿੱਚ ਆ, ਉਸ ਤੋਂ ਪਹਿਲਾਂ ਆ ਜਾਂਦਾ ਤਾਂ ਉਹਨੂੰ ਪੈਨਸ਼ਨ ਨਹੀਂ ਮਿਲਦੀ, ਅਤੇ ਮਿਲਦੀ ਹੈ ਤਾਂ ਇੱਕ ਪੈਨਸ਼ਨ ਮਿਲਦੀ ਹੈ। ਹੁਣ ਉਹ ਵੀ 71 ਤੋਂ, ਵਾਜਪਾਈ ਸਾਹਿਬ ਨੇ 2004 ਤੋਂ ਬੰਦ ਕੀਤੀ ਹੋਈ ਆ। ਹੁਣ ਕਿਸੇ ਫੌਜੀ ਨੂੰ ਵੀ ਪੈਨਸ਼ਨ ਨਹੀਂ ਮਿਲੇਗਾ, ਕਿਸੇ ਇੰਪਲਾਈ ਨੂੰ ਨਹੀਂ ਮਿਲੇਗੀ। ਅਤੇ ਕੀ ਕੰਕਰੀਟ ਇਹ ਕੱਢ ਰਹੇ ਨੇ? ਜਦੋਂ ਦੇਸ਼ ਦੇ ਯੂਥ ਨੂੰ ਰੁਜ਼ਗਾਰ ਨਹੀਂ ਦੇ ਸਕਦੇ, ਉਹਨਾਂ ਨੂੰ ਮਤਲਬ ਕੁਛ ਬਜ਼ੁਰਗਾਂ ਨੂੰ ਸਿਕਿਉਰਟੀ ਨਹੀਂ ਦੇ ਸਕਦੇ, ਹੈਲਥ ਸਰਵਿਸਿਸ ਨਹੀਂ ਦੇ ਸਕਦੇ, ਗੌਰਮੈਂਟ ਸਕੂਲਸ ਬੰਦ ਕਰ ਰਿਹਾ, ਪ੍ਰਾਈਵੇਟੇਸ਼ਨ ਹੋ ਰਹੀ ਆ, ਹੋਸਪਿਟਲ ਸਰਕਾਰੀ ਬੰਦ ਹੋ ਕੇ ਪ੍ਰਾਈਵੇਟੇਸ਼ਨ ਹੋ ਰਹੀ ਹੈ, ਅਤੇ ਕੀ ਕੰਕਰੀਟ ਨਿਕਲਿਆ ਇਹਨਾਂ ਸੈਸ਼ਨ ਦੇ ਵਿੱਚੋਂ? ਕਿ ਤੁਸੀਂ ਆਪ ਸੋਚ ਸਕਦੇ? ਬਿਲਕੁਲ, ਤੁਸੀਂ ਗੱਲ ਕੀਤੀ ਇਹਨਾਂ ਨੇ, ਬਿਲਕੁਲ ਸਹੀ ਗੱਲ ਕਹੀ ਕਿ ਕੋਈ ਵੀ ਜਿਹੜਾ ਹੈ ਉਹ ਲੋਕ ਹਿੱਤ ਦੇ ਮੁੱਦਿਆਂ ਦੇ ਉੱਪਰ ਗੱਲ ਨਹੀਂ ਹੁੰਦੀ। ਆਪਾਂ ਜਦੋਂ ਗੱਲ ਕਰੀਏ ਕਿ ਲੋਕ ਹਿੱਤ ਦੇ ਮੁੱਦਿਆਂ 'ਤੇ ਤਾਂ ਚਰਚਾ ਨਹੀਂ ਹੁੰਦੀ, ਪਰ ਜਦੋਂ ਇੱਕ ਵਾਰੀ ਖਰਚ ਦੀ ਗੱਲ ਕਰਦੇ ਹਾਂ ਤਾਂ ਇੱਕ ਇੱਕ ਦਿਨ ਦੇ ਸੈਸ਼ਨ ਦੇ ਉੱਪਰ ਲੱਖਾਂ ਰੁਪਏ ਖਰਚ ਕੀਤੇ ਜਾ ਸਕਦੇ। ਨਹੀਂ ਲੱਗਦਾ ਕਿ ਜੇਕਰ ਉਹੀ ਪੈਸਾ ਪੰਜਾਬ ਦੇ ਵਿਕਾਸ 'ਤੇ ਲਾਇਆ ਜਾਵੇ ਤਾਂ ਪੰਜਾਬ ਦੀ ਨੁਹਾਰ ਬਦਲ ਜਾਵੇ? ਬਿਲਕੁਲ ਬਿਲਕੁਲ, ਤੁਸੀਂ ਠੀਕ ਕਹਿ ਰਹੇ ਹੋ। ਇੱਕ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਹੁਣ ਸਾਰੀ ਦੁਨੀਆ ਦੇ ਉੱਤੇ ਜੀਓ ਸਿਮ ਦੀ ਮਸ਼ਹੂਰੀ ਚੱਲ ਰਹੀ ਹੈ, ਦੂਜੇ ਆਈਡੀਆ ਦੀ ਹੈ ਜਾਂ ਏਅਰਟੈੱਲ ਦੀ ਹੈ। 400-500 ਰੁਪਏ ਦਾ ਪੈਕ ਦੇ ਰਹੇ, 3 ਮਹੀਨੇ ਵਾਸਤੇ ਉਹਦਾ ਡਾਟਾ ਵੀ ਫ੍ਰੀ ਹੈਗਾ, ਉਹਦਾ ਅਨਲਿਮਿਟਡ ਕਾਲਸ ਵੀ ਹੈਗੇ, SMS ਵੀ ਹੈਗੇ ਆ। ਜਿੰਨੇ MP ਨੇ ਉਹਨਾਂ ਨੂੰ 80-80 ਹਜ਼ਾਰ ਰੁਪਇਆ, ਲੱਖ ਰੁਪਇਆ ਸਿਰਫ ਟੈਲੀਫੋਨ ਦਾ ਪਤਾ ਦਿੱਤਾ ਜਾ ਰਿਹਾ। ਕਿਸ ਗੱਲ ਦਿੱਤਾ ਜਾ ਰਿਹਾ? ਲਗਜ਼ਰੀ ਗੱਡੀਆਂ ਦਿੱਤੀਆਂ, ਕਿਉਂ ਦਿੱਤੀਆਂ ਜਾ ਰਹੀਆਂ ਜਦੋਂ ਕਹਿੰਦਾ ਉਹ ਟੈਕਸੀ ਅਵੇਲੇਬਲ ਲੈ ਸਕਦੇ, ਆਪਣੀਆਂ ਕਾਰਾਂ ਸਭ ਦੇ ਕੋਲ ਨੇ। ਉਹ ਪੈਸੇ ਨੂੰ ਯੂਟੀਲਾਈਜ਼ ਕਰਨ ਦੀ ਜ਼ਰੂਰਤ ਆ, ਲੇਕਿਨ ਕਰ ਨਹੀਂ ਰਹੇ। ਦੇਸ਼ ਦਾ ਪੋਲੀਟੀਸ਼ੀਅਨ ਅਮੀਰ ਹੋ ਰਿਹਾ, ਦੇਸ਼ ਦੀ ਜਨਤਾ ਗਰੀਬ ਹੋ ਰਹੀ ਹੈ। ਬਿਲਕੁਲ, ਅਮੀਰ ਦਿਨ ਬ ਦਿਨ ਅਮੀਰ ਹੋ ਰਿਹਾ ਅਤੇ ਗਰੀਬ ਦਿਨ ਬ ਦਿਨ ਗਰੀਬ ਹੋ ਰਿਹਾ। ਬਿਲਕੁਲ, ਇਹਨਾਂ ਨੇ ਸਹੀ ਗੱਲ ਕਹੀ। ਇਹ ਉਹੀ ਜਿਹੜੇ ਇਹਨਾਂ ਦੇ ਆਪਣੇ ਹੀ ਜਿਹੜੇ ਸਾਖ ਸੰਬੰਧੀ, ਆਪਣੇ ਹੀ ਜਿਹੜੇ ਇਹਨਾਂ ਦੇ ਨਿੱਜੀ ਘਰਾਨਿਆਂ ਵਾਲੇ ਆ, ਉਹੀ ਜਿਹੜੇ ਨੇ ਜੀਓ ਸਿਮ ਲਾਂਚ ਕਰਦੇ ਨੇ, ਪਰ ਉਹੀ ਜੀਓ ਸਿਮ ਦਾ ਫਾਇਦਾ ਜਿਹੜਾ ਹੈ ਉਹ ਇਹਨਾਂ ਦੇ ਮੰਤਰੀ ਜਿਹੜੇ ਲੈਣਾ ਨਹੀਂ ਚਾਹੁੰਦੇ। ਮੰਤਰੀ ਜਿਹੜੇ ਨੇ ਉਹ ਉਹੀ ਜਿਹੜਾ ਲੱਖਾਂ ਦੇ ਵਿੱਚ ਆਪਣਾ ਮੋਬਾਈਲ ਦਾ ਬਿੱਲ ਭਰ ਰਹੇ ਨੇ, ਪਰ ਕਿਉਂ? ਆਮ ਜਨਤਾ ਦੇ ਵਾਸਤੇ ਤਾਂ ਪ੍ਰਧਾਨ ਮੰਤਰੀ ਮੋਦੀ ਵੀ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਇੰਨੀਆਂ ਸਹੂਲਤਾਂ ਕਰ ਦਿੱਤੀਆਂ, ਡਾਟਾ ਜਿਹੜਾ ਹੈ ਉਹ ਫ੍ਰੀ ਕਰ ਦਿੱਤਾ, ਪਰ ਉਹ ਡਾਟਾ ਸ਼ਾਇਦ ਜਿਹੜਾ ਹੈ ਉਹ ਉਹਨਾਂ ਦੇ ਮੰਤਰੀਆਂ ਨੂੰ ਫ੍ਰੀ ਨਜ਼ਰ ਨਹੀਂ ਆਉਂਦਾ ਜਾਂ ਫਿਰ ਆਉਂਦਾ ਵੀ ਹੈ ਪਰ ਕੋਈ ਵੀ ਆਪਣੇ ਵੱਲੋਂ ਇਨੀਸ਼ੀਏਟਿਵ ਨਹੀਂ ਲੈਂਦਾ ਕਿ ਅਸੀਂ ਖੁਦ ਕਹੀਏ ਕਿ ਅਸੀਂ ਇਹ ਛੱਡ ਰਹੇ ਹਾਂ ਲੈਣਾ। ਹਾਂ, ਈਵਨ ਕਿਸਾਨ ਮੁੱਦਿਆਂ ਦੀ ਗੱਲ ਲੈ ਲਓ, ਦੇਸ਼ ਦੀ 70% ਪਾਪੂਲੇਸ਼ਨ ਕਿਸਾਨੀ ਨਾਲ ਬੱਝੀ ਆ, ਲੇਕਿਨ ਉਹ ਸਾਰੇ ਗਰੀਬੀ ਲਾਈਨ ਤੋਂ ਥੱਲੇ ਰਹਿ ਰਹੇ ਆ। ਚੰਦ ਘਰਾਣੇ ਨੇ ਜਿਨ੍ਹਾਂ ਕੋਲ ਬਹੁਤ ਹੀ ਜ਼ਮੀਨ ਹੈ ਉਹ ਅਮੀਰ ਨੇ, ਬਾਕੀ ਖੁਦਕਸ਼ੀਆਂ ਕਰ ਰਹੇ ਆ, ਉਹਨਾਂ ਵੱਲ ਕਿਸੇ ਦਾ ਖਿਆਲ ਨਹੀਂ ਹੈ। ਮਰ ਜਾਣ ਤੋਂ ਬਾਅਦ 3 ਲੱਖ ਰੁਪਇਆ ਉਹਨੂੰ ਦੇ ਆਉਂਦੇ ਆ, ਜਿਹਦੇ ਜੀ ਕਿਸੇ ਦੀ ਹੈਲਪ ਨਹੀਂ ਕਰ ਰਹੇ। ਯਾਨੀ ਕਿ ਹੁਣ ਇੱਥੇ ਹੈਲਪ ਲੈਣ ਦੇ ਲਈ ਵੀ ਸਾਨੂੰ ਖੁਦਕੁਸ਼ੀ ਕਰਨਾ ਜ਼ਰੂਰੀ ਹੈਗਾ। ਇਹ ਪੰਜਾਬ ਦੇ ਲੋਕ ਨੇ ਜਿਹੜੇ ਇਜਲਾਸ ਦੇ ਬਾਰੇ ਗੱਲ ਕਰ ਰਹੇ ਨੇ ਕਿ ਕੀ ਇਜਲਾਸ ਦੇ ਵਿੱਚ ਹੁੰਦਾ, ਤੁਸੀਂ ਇਹਨਾਂ ਦੀ ਜ਼ੁਬਾਨੀ ਜਿਹੜਾ ਬਖੂਬੀ ਸੁਣਿਆ। ਕੀ ਨਾਮ ਹੈ ਜੀ? ਕੁਲਵੰਤ ਸਿੰਘ ਜੀ। ਕੁਲਵੰਤ ਸਿੰਘ ਜੀ, ਇਜਲਾਸ ਹੁੰਦੇ ਨੇ ਜਿਵੇਂ ਇਹਨਾਂ ਨੇ ਕਿਹਾ ਕਿ ਉਹ ਜਿਹੜੇ ਨੇ ਉੱਥੇ ਮੁੱਦਿਆਂ ਦੀ ਗੱਲ ਨਹੀਂ ਹੁੰਦੀ, ਰਾਜਨੀਤੀ ਕੀਤੀ ਜਾਂਦੀ ਹੈ। ਤੁਸੀਂ ਕੀ ਸੋਚਦੇ ਹੋ ਕਿ ਇਹਨਾਂ ਇਜਲਾਸ ਦੇ ਵਿੱਚੋਂ, ਇਹਨਾਂ ਸੈਸ਼ਨਸ ਦੇ ਵਿੱਚੋਂ ਕਦੇ ਕੁਝ ਨਿਕਲ ਕੇ ਆਇਆ ਸਾਹਮਣੇ? ਕੁਝ ਨਹੀਂ ਨਿਕਲ ਕੇ ਆਉਂਦਾ ਜੀ, ਬਸ ਆਪਣਾ ਪੱਤੇ
ਤੇ ਸੌਂ ਬਹਿ ਗਿਆ ਵਾਪਸ ਆ ਜਾਂਦੇ ਆ, ਲੋਕਾਂ ਦੇ ਮੁੱਦੇ ਨਹੀਂ ਠਹਿ ਜਾਂਦੇ। ਅਸੀਂ ਬਹੁਤ ਵਾਰ ਦੇਖਿਆ ਕਿ ਵਿਧਾਨ ਸਭਾ ਦੇ ਅੰਦਰ ਵੀ ਹੰਗਾਮਾ ਹੁੰਦਾ ਹੈ, ਬਾਹਰ ਵੀ ਵਿਰੋਧੀਆਂ ਵੱਲੋਂ ਘੇਰਿਆ ਜਾਂਦਾ ਹੈ, ਅਤੇ ਬਾਅਦ ਵਿੱਚ ਕਈ ਵਾਰ ਦੇਖਿਆ ਲੰਚ ਟੇਬਲ 'ਤੇ ਸਾਰੇ ਇਕੱਠੇ ਬੈਠੇ ਹੁੰਦੇ ਨੇ। ਹਾਂ ਬਿਲਕੁਲ ਇਕੱਠੇ ਬੈਠੇ ਹੁੰਦੇ, ਇਹ ਸਾਰੇ ਇੱਕ ਵਿਅਕਤੀ ਹੈ ਜੀ, ਇਹਨਾਂ ਦੀ ਕੋਈ ਜਨਤਾ ਵੱਲ ਧਿਆਨ ਨਹੀਂ ਹੈਗਾ, ਕਿਸੇ ਪਾਰਟੀ ਦੀ ਗੱਲ ਲੈ ਲਓ, ਵੱਲੋਂ ਉਹਨਾਂ ਦਾ ਆਪਣਾ ਹੀ ਹਿੱਤ ਮੂਹਰੇ ਰੱਖਦੇ ਆ, ਪਬਲਿਕ ਦਾ ਕੁਛ ਨਹੀਂ ਸੋਚਦੇ। ਅਤੇ ਕੀ ਲੱਗਦਾ ਹੈ ਕਿ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਦੇ ਉੱਪਰ ਸਿਆਸਤ ਕਦੋਂ ਤੱਕ ਹੁੰਦੀ ਰਹੇਗੀ, ਕਦੋਂ ਚਾਹੇ ਨਸ਼ਿਆਂ ਦਾ ਮੁੱਦਾ ਹੋਵੇ, ਕਿਸਾਨੀ ਦਾ ਮੁੱਦਾ ਹੋਵੇ, ਬੇਅਦਬੀ ਦਾ ਮੁੱਦਾ ਹੋਵੇ, ਇਹ ਕਦੇ ਸੁਲਝਣਗੇ? ਬਿਲਕੁਲ ਨਹੀਂ ਸੁਲਝਣਗੇ, ਕੋਈ ਸੀਰੀਅਸ ਹੀ ਨਹੀਂ ਹੈਗਾ ਨਾ। ਕੋਈ ਪਾਰਟੀ ਵੀ ਲੈ ਲਓ, ਜਦੋਂ ਪਾਵਰ 'ਚ ਆਉਂਦੀ ਉਹ ਵੀ ਬਸ ਲਾਰੇ ਲਾਉਂਦੀ ਰਹਿੰਦੀ ਹੈ, ਕੋਈ ਧਿਆਨ ਨਹੀਂ ਕਰਦੀ, ਇਸ ਕਰਕੇ। ਅਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਲੋਕ ਕਿਸ ਤਰ੍ਹਾਂ ਦਾ ਜਿਹੜਾ ਰੁੱਖ ਅਖਤਿਆਰ ਕਰਨ ਤਾਂ ਜੋ ਇਹ ਸਰਕਾਰਾਂ ਜਿਹੜੀਆਂ ਨੇ ਉਹ ਥੋੜ੍ਹੇ ਬਹੁਤੇ ਜਿਹੜੀਆਂ ਨੇ ਉਹ ਰੁੱਖ ਬਦਲਣ 'ਤੇ ਆਪਣਾ ਮਜਬੂਰ ਹੋਣ? ਬਸ ਉਹ ਮਤਲਬ ਆਪਣੇ ਕੈਂਡੀਡੇਟਾਂ ਦਾ ਹੀ ਬਾਈਕਾਟ ਕਰਨ ਚੰਗੀ ਤਰ੍ਹਾਂ, ਮਤਲਬ ਤਾਂ ਕਿ ਉਹਨਾਂ ਨੂੰ ਅਕਲ ਆਵੇ ਥੋੜ੍ਹੀ ਬੜੀ, ਵੀ ਲੋਕ ਹੁਣ ਜਾਗਰੂਕ ਹੋ ਗਏ, ਜਿੰਨਾ ਚਿਰ ਉਹਨਾਂ ਦੇ ਮੁੱਦੇ ਨਹੀਂ ਉਠਾਵਾਂਗੇ ਉਹਨਾਂ ਚਿਰ ਤੱਕ, ਮਤਲਬ ਜੀ ਬਿਲਕੁਲ ਲੋਕਾਂ ਨੂੰ ਜਾਗਰੂਕ ਹੋਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਸੁਖਜੀਤ। ਸੁਖਜੀਤ, ਤੁਹਾਨੂੰ ਕੀ ਲੱਗਦਾ ਹੈ ਕਿ ਚਾਹੇ ਉਹ ਪਾਰਲੀਮੈਂਟ ਦਾ ਹੋਵੇ ਸੈਸ਼ਨ ਜਾਂ ਫਿਰ ਵਿਧਾਨ ਸਭਾ ਦਾ ਸੈਸ਼ਨ ਹੋਵੇ, ਲੋਕਾਂ ਦੇ ਮੁੱਦਿਆਂ ਦੇ ਬਾਰੇ ਕਿੰਨੀ ਕੁ ਚਰਚਾ ਹੁੰਦੀ ਹੈ ਅਤੇ ਕਿੰਨੇ ਕੁ ਜਿਹੜੇ ਮੁੱਦੇ ਆ ਉਹ ਸੁਲਝਦੇ ਨੇ? ਅੜੀਏ ਵਿਧਾਨ ਸਭਾ ਦਾ ਸੈਸ਼ਨ ਜਾਂ ਲੋਕ ਸਭਾ ਦਾ ਸੈਸ਼ਨ ਜਿਹੜਾ ਹੁੰਦਾ ਉਹਦੇ ਵਿੱਚ ਬਹੁਤ ਖਰਚਾ ਹੁੰਦਾ ਹੈ, ਉਹ ਸਾਰਾ ਜਨਤਾ ਦਾ ਪੈਸਾ, ਉੱਥੇ ਜਨਤਾ ਦੀਆਂ ਸਮੱਸਿਆਵਾਂ ਸੁਣੀਆਂ ਜਾਣੀਆਂ ਚਾਹੀਦੀਆਂ। ਜਿਹੜੇ ਵੋਟਰ ਹੈ ਉਹ 7-7 ਘੰਟੇ ਲਾਈਨ 'ਚ ਖੜ ਕੇ ਬੜੀ ਵੋਟ ਬੜੇ ਉਮੀਦਾਂ ਦੇ ਨਾਲ ਪਾਉਂਦੇ ਆ, ਉਸ ਇਲਾਕੇ ਦੇ ਜਿਹਨੂੰ ਵੀ ਆਪਾਂ MLA ਜਾਂ MP ਚੁਣਦੇ ਹਾਂ ਉਸ ਇਲਾਕੇ ਦਾ ਵਿਕਾਸ ਹੋਣਾ ਚਾਹੀਦਾ ਬਿਨਾਂ ਕਿਸੇ ਵੈਰ ਵਿਰੋਧ ਤੋਂ। ਪੰਜਾਬ ਬੋਲਦਾ ਦੇ ਵਿੱਚ ਅੱਜ ਪੰਜਾਬ ਦੇ ਲੋਕ ਗੱਲ ਕਰ ਰਹੇ ਨੇ ਉਹਨਾਂ ਇਜਲਾਸਾਂ ਦੀ ਜਿਹੜੇ ਹੁੰਦੇ ਨੇ, ਚਾਹੇ ਉਹ ਵਿਧਾਨ ਸਭਾ ਦਾ ਇਜਲਾਸ ਹੋਵੇ, ਲੋਕ ਸਭਾ ਦਾ ਇਜਲਾਸ ਹੋਵੇ, ਉਹਨਾਂ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਹੈ ਕਿ ਲੋਕਾਂ ਦੇ ਮੁੱਦਿਆਂ 'ਤੇ, ਕਿ ਜਨਤਾ ਦੇ ਮੁੱਦਿਆਂ 'ਤੇ ਚਰਚਾ ਹੁੰਦੀ ਹੈ ਜਾਂ ਨਹੀਂ, ਇਹਨਾਂ ਪੰਜਾਬ ਦੇ ਲੋਕਾਂ ਦੀ ਜ਼ੁਬਾਨੀ ਅਸੀਂ ਸੁਣ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ। ਹਾਂ ਸਰ, ਗੱਲ ਪ੍ਰੈਕਟੀਕਲੀ ਜਿਹੜਾ ਇਜਲਾਸ 'ਚ ਕੋਈ ਵੀ ਮੁੱਦਾ ਉੱਠਦਾ ਹੈਗਾ ਉਹਦੇ ਬਾਰੇ ਵੈਰੀਫਿਕੇਸ਼ਨ ਜ਼ਰੂਰ ਹੁੰਦੀ ਹੈਗੀ, ਪਬਲਿਕ ਨੂੰ ਮਤਲਬ ਉਸ 'ਚ ਕੁਛ ਨਾ ਕੁਛ ਰਾਹਤ ਮਿਲਦੀ ਹੈਗੀ ਹੈ ਜੇਕਰ ਉਹ ਮੁੱਦਾ ਪਾਸ ਹੁੰਦਾ ਹੈਗਾ। ਇਫ ਇਟ ਇਜ਼ ਨੋਟ ਜਸਟ ਉਹ 'ਚ ਕੋਈ ਪਾਸ ਨਹੀਂ ਹੁੰਦਾ ਮੁੱਦਾ ਤਾਂ ਉਸ ਮੁੱਦੇ ਨੂੰ ਫਿਰ ਮਤਲਬ ਉਹ ਦੈਟ ਇਜ਼ ਏ ਫੇਲਿਅਰ, ਉਹਦੇ 'ਚ ਕੁਛ ਨਹੀਂ ਨਿਕਲਦਾ ਹੈਗਾ। ਅਤੇ ਜਿਹੜੇ ਹੰਗਾਮੇ ਹੁੰਦੇ ਨੇ, ਅਸੀਂ ਬਹੁਤ ਵਾਰ ਦੇਖਿਆ ਹੈ ਕਿ ਕਈ ਸਾਰੇ ਜਿਹੜੇ ਸੈਸ਼ਨ ਹੁੰਦੇ ਨੇ ਹੰਗਾਮਿਆਂ ਦੀ ਭੇਂਟ ਹੀ ਚੜ ਜਾਂਦੇ ਨੇ। ਇਸ ਕਰਕੇ ਹੁੰਦੇ ਆ ਕਿਉਂਕਿ ਮਤਲਬ ਉਹਨਾਂ ਦੀ ਆਈਡੀਆਲੋਜੀ ਨਹੀਂ ਰਲਦੀ ਹੈਗੀ, ਕਿਉਂਕਿ ਆਪੋਜੀਸ਼ਨ ਮੰਗਦੀ ਹੈ ਵੀ ਦੈਟ ਸ਼ੁੱਡ ਬੀ ਜਸਟਿਸ ਟੂ ਦਾ ਪਬਲਿਕ, ਪਰ ਗੌਰਮੈਂਟ ਲਾਈਕ ਟੂ ਅਵੋਇਡ ਦੈਮ ਐਕਚੁਅਲੀ ਬੇਸਿਕਲੀ। ਜਿਹੜੀ ਰੋਲਿੰਗ ਪਾਰਟੀ ਹੈ ਉਹ ਸਿਰਫ ਇਹਨਾਂ ਨੂੰ ਮਿਸਗਾਈਡ ਕਰਨ ਦੀ ਕੋਸ਼ਿਸ਼ ਕਰਦੀ ਹੈ ਐਕਚੁਅਲੀ, ਅਤੇ ਸੈਕਿੰਡ ਜਿਹੜੀ ਮਤਲਬ ਆਪੋਜੀਸ਼ਨ ਹੈ ਉਹ ਉਹਨਾਂ ਨੂੰ ਸਹੀ ਮੁੱਦੇ 'ਤੇ ਲੈਣਾ ਚਾਹੁੰਦੀ ਹੈ ਅਤੇ ਉਹ ਸਹੀ ਮੁੱਦੇ 'ਤੇ ਨਹੀਂ ਪਹੁੰਚਦੇ, ਇਸ ਕਰਕੇ ਮਤਲਬ ਹਕਮ ਹੋਣੇ ਪਾ ਹਾਕਮ ਧਿਰ ਅਤੇ ਵਿਰੋਧੀ ਧਿਰ ਦੀ ਆਪਸੀ ਜਿਹੜੀ ਖਹਿਬਾਜ਼ੀ ਹੁੰਦੀ ਆ ਉਹਦੇ ਵਿੱਚ ਜਿਹੜਾ ਉਹ ਲੋਕਾਂ ਦੇ ਮੁੱਦੇ ਹੰਗਾਮਿਆਂ ਦੀ ਭੇਂਟ ਚੜ੍ਹਦੇ ਰੁੜਦੇ ਹੈਗੇ ਆ। ਦੈਟ ਇਜ਼ ਵਾਈ ਮਤਲਬ ਜਿਹੜੇ ਇਹ ਮਤਲਬ ਮੁੱਦੇ ਹੈਗੇ ਆ ਉਹ ਉਹਨਾਂ ਦੀ ਅਪੋਜੀਸ਼ਨ 'ਚ ਹੋਣ ਕਰਕੇ ਮੁੱਦੇ ਰੁੜਦੇ ਆ ਪਬਲਿਕ ਦੇ, ਅਦਰਵਾਈਜ਼ ਮੁੱਦੇ ਕਲੀਅਰ ਹੋਣ, ਕਿਉਂਕਿ ਜਿਹੜੀ ਰੂਲਿੰਗ ਪਾਰਟੀ ਹੈ ਉਹ ਸਿੰਪਲੀ ਗੋਇੰਗ ਟੂ ਉਹ ਮਿਸਗਾਈਡ ਕਰਨ ਦੀ ਕੋਸ਼ਿਸ਼ ਕਰਦੀ ਹੈ ਬੇਸਿਕਲੀ। ਹੁਣ ਪੰਜਾਬ 'ਚ ਪੰਜਾਬ ਹੈਗੀ ਹੈ ਕਾਂਗਰਸ ਹੈਗੀ ਹੈ, ਕਾਂਗਰਸ ਨੈਵਰ ਬੋਦਰ ਅਬਾਊਟ ਦਾ ਮਤਲਬ ਕਿਸਾਨ ਕਮਿਊਨਿਟੀ, ਇਹਨਾਂ ਨੇ ਕਿਹਾ ਵੀ ਅਸੀਂ ਮਤਲਬ ਤੁਹਾਡੇ ਲੋਨ ਮਾਫ਼ ਕਰ ਰਹੇ ਹਾਂ, ਲੋਨ ਵਾਲੀ ਕੋਈ ਗੱਲ ਨਹੀਂ, ਸਿਰਫ ਮਿਸਗਾਈਡ ਕੀਤਾ ਸੀ ਇਹਨਾਂ ਦਾ ਏਜੰਡੇ ਦੀ ਆਈਟਮ ਸੀਗੀ, ਪਰ ਮਾਫ਼ ਕੁਛ ਨਹੀਂ ਹੋਇਆ। ਹੁਣ ਪੰਜਾਬ ਦੀ ਜੇਕਰ ਗੱਲ ਕਰੀਏ, ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਭਖੇ ਹੋਏ ਨੇ, ਨਸ਼ਿਆਂ ਦਾ ਮੁੱਦਾ ਭਖਿਆ ਹੋਇਆ ਹੈ, ਕਿਸਾਨੀ ਦਾ ਮੁੱਦਾ ਭਖਿਆ ਹੋਇਆ ਹੈ, ਬੇਅਦਬੀ ਮਾਮਲਿਆਂ ਦਾ ਜਿਹੜਾ ਮਾਮਲਾ ਭਖਿਆ ਹੋਇਆ, ਸੋ ਕੀ ਲੱਗਦਾ ਹੈ ਕਿ ਇਹ ਮੁੱਦੇ ਉਸ ਸਭਾ ਦੇ ਅੰਦਰ ਟੇਬਲ 'ਤੇ ਆਣ ਕੇ ਹੱਲ ਹੋਣ ਦੀ ਉਮੀਦ ਹੈ? ਨਹੀਂ, ਇਹ ਨਸ਼ਿਆਂ ਦਾ ਮੁੱਦਾ ਨਾ ਜਿਹੜਾ ਇਸ 'ਚ ਮਤਲਬ ਇਹ ਨਸ਼ੇ ਦਾ ਜਿਹੜਾ ਕਾਰੋਬਾਰ ਹੈ ਇਹ ਬੇਸਿਕਲੀ ਔਨ ਦਾ ਪੋਲੀਟੀਕਲ ਲਾਈਨ 'ਤੇ ਹੀ ਹੈਗਾ, ਚਾਹੇ ਅਪੋਜੀਸ਼ਨ ਦੇ ਹੋਣ ਚਾਹੇ ਮਤਲਬ ਰੂਲਿੰਗ ਦੇ ਹੋਣ, ਇਸ ਕਰਕੇ ਇਹ ਹੱਲ ਹੋਣ ਵਾਲਾ ਨਹੀਂ ਹੈਗਾ ਐਕਚੁਲੀ। ਬੇਸਿਕਲੀ ਜਦ ਇਟ ਵਿਚ ਗੋ ਇਨ ਦਾ ਰੂਟ ਆਫ ਦਾ ਪਬਲਿਕ, ਜੇ ਨਸ਼ਾ ਹੁਣ ਜਿਹੜਾ ਬੰਦਾ ਖੁਦ ਨਸ਼ਾ ਕਰ ਰਿਹਾ ਉਹ ਛੱਡਣਾ ਖੁਦ ਚਾਹੇ ਤਦ ਨਸ਼ਾ ਛੁੱਟੂਗਾ, ਅਦਰਵਾਈਜ਼ ਨੋਟ ਪੋਸੀਬਲ। ਕਿਸਾਨੀ ਦਾ ਮੁੱਦਾ ਬਹੁਤ ਹੁਣ ਕਿਸਾਨੀ ਦਾ ਮੁੱਦਾ ਹੈਗਾ, ਇਹਨਾਂ ਨੇ ਕਿਸਾਨਾਂ ਨੂੰ ਜ਼ਿਮੀਂਦਾਰਾਂ ਨੂੰ ਲਾਲਚ ਦਿੱਤਾ ਸੀਗਾ ਵੀ ਤੁਸੀਂ ਸਾਨੂੰ ਮਤਲਬ ਕਰੋ ਵੀ ਅਸੀਂ ਵੋਟ ਪਾਓ, ਅਸੀਂ ਤੁਹਾਡੇ ਮਤਲਬ ਜਿਹੜੇ ਲੋਨ ਮਾਫ਼ ਕਰ ਦਿਆਂਗੇ, ਕਰਜ਼ਾ ਮਾਫ਼ ਕਰ ਦਿਆਂਗੇ। ਹੁਣ ਤੱਕ ਮਤਲਬ ਕਾਂਗਰਸ ਸਰਕਾਰ ਨੇ ਪਰਟੀਕੁਲਰਲੀ ਕੈਪਟਨ ਸਰਕਾਰ ਨੇ ਕੋਈ ਲੋਨ ਮਾਫ਼ ਨਹੀਂ ਕੀਤਾ ਕਿਸੇ ਫਾਰਮਰ ਦਾ, ਸਿਰਫ ਐਵੇਂ ਜਿਹੜੀ ਕੋਆਪਰੇਟਿਵ ਸੁਸਾਇਟੀਜ਼ ਦੇ ਲੋਨ ਹੈ ਛੋਟੇ ਛੋਟੇ ਲੋਨ ਹੈਗੇ ਹੈ ਬੇਸਿਕਲੀ 10,000 5,000 20,000 ਵਾਲੇ, ਅਦਰਵਾਈਜ਼ ਜਿਹੜੇ ਹੁਣ ਦੂਜੇ ਬੈਂਕਸ ਹੈਗੇ ਜਿਵੇਂ ਮਤਲਬ ਸਟੇਟ ਬੈਂਕ ਆਫ ਇੰਡੀਆ ਹੈਗਾ ਜਾਂ ਦੂਸਰੇ ਬੈਂਕਸ ਹੈ, ਬੇਸਿਕਲੀ ਸਾਡੇ ਲੋਨ ਜਿਹੜੇ ਜ਼ਿਮੀਂਦਾਰ ਕਮਿਊਨਿਟੀ ਹੈ ਜਾਂ ਫਾਰਮਰ ਕਿਸਾਨ ਹੈਗੇ ਹੈ
ਉਹਨਾਂ ਤੋਂ ਲੋਨ ਲਏ, ਉਹਨਾਂ ਦਾ ਟੱਚ ਨਹੀਂ ਕੀਤਾ ਸਰਕਾਰ ਨੇ। ਸਰਕਾਰ ਕਹਿ ਰਹੀ ਹੈ ਕਿ ਕੇਂਦਰ ਸਰਕਾਰ ਮਦਦ ਨਹੀਂ ਕਰ ਰਹੀ। ਨਹੀਂ ਨਹੀਂ, ਕੇਂਦਰ ਦਾ ਇਹਦੇ ਨਾਲ ਕੀ ਹੈ, ਵੈਨ ਹੀ ਹੈਡ ਕਾਂਗਰਸ ਆਰ ਕਮਿਟਿਡ ਦੈਨ ਵਾਈ ਮਤਲਬ ਸੈਂਟਰ ਵੀ ਜੇ ਸੈਂਟਰ ਨੇ ਉਹਨਾਂ ਨੂੰ ਅਸ਼ੋਰੈਂਸ ਕੋਈ ਨਹੀਂ ਦਿੱਤੀ ਤਾਂ ਸੈਂਟਰ ਕਿਉਂ ਇਹਨਾਂ ਦੀ ਮਤਲਬ ਹੈਲਪ ਕਰੇ। ਬਿਲਕੁਲ ਬਿਲਕੁਲ, ਜਿਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਸੀਗਾ ਚਾਹੇ ਉਹ ਪੰਜਾਬ ਦੇ ਵਿੱਚ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦਾ ਹੋਵੇ ਜਾਂ ਫਿਰ ਸੂਬੇ ਦੇ ਕਰਜ਼ੇ ਦੇ ਉੱਪਰ ਲੀਕ ਮਾਰਨ ਦਾ ਹੋਵੇ, ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਨਹੀਂ ਕਿਹਾ ਸੀਗਾ ਕਿ ਜੇਕਰ ਮੋਦੀ ਸਰਕਾਰ ਜੇਕਰ ਕੇਂਦਰ ਸਰਕਾਰ ਮਦਦ ਕਰੇਗੀ ਤਾਂ ਹੀ ਇਹ ਕਰਜ਼ੇ ਮਾਫ਼ ਹੋਣਗੇ, ਪਰ ਕਿਉਂਕਿ ਹੁਣ ਜਿਹੜਾ ਹੈ ਉਹ ਕਿਸਾਨਾਂ ਦੇ ਸਬਰ ਦਾ ਬੰਧ ਵੀ ਟੁੱਟਦਾ ਜਾ ਰਿਹਾ ਅਤੇ ਹੁਣ ਕਾਂਗਰਸ ਦੀ ਸਰਕਾਰ ਵੱਲੋਂ ਵੀ ਇਹ ਕਿਹਾ ਜਾ ਰਿਹਾ ਕਿ ਕੇਂਦਰ ਬਾਂਹ ਨਹੀਂ ਫੜ ਰਹੀ, ਇਸ ਕਰਕੇ ਜਿਹੜਾ ਹੈ ਉਹ ਪੂਰਨ ਤੌਰ 'ਤੇ ਕਰਜ਼ਾ ਨਹੀਂ ਮਾਫ਼ ਹੋ ਰਿਹਾ। ਫਿਲਹਾਲ ਇਜਲਾਸ ਦੇ ਬਾਰੇ ਗੱਲ ਕਰ ਰਹੇ ਹਾਂ, ਇਜਲਾਸ ਦੇ ਬਾਰੇ ਲੋਕਾਂ ਦਾ ਕੀ ਕਹਿਣਾ ਹੈ? ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਨਾਮ ਹੈ? ਗੁਰਮੁਖ ਸਿੰਘ ਹੈ ਜੀ। ਗੁਰਮੁਖ ਸਿੰਘ ਜੀ, ਇਹ ਵਿਧਾਨ ਸਭਾ ਦਾ ਇਜਲਾਸ ਹੋਵੇ ਜਾਂ ਫਿਰ ਲੋਕ ਸਭਾ ਦਾ ਇਜਲਾਸ ਹੋਵੇ, ਕਈ ਵਾਰ ਦੇਖਿਆ ਅਸੀਂ ਮਹਿਜ਼ 3 ਦਿਨ ਦਾ ਇਜਲਾਸ ਵੀ ਹੁੰਦਾ ਹੈ, ਕਈ ਵਾਰ ਮਹੀਨਾ ਮਹੀਨਾ ਵੀ ਇਜਲਾਸ ਚੱਲਦੇ ਨੇ, ਕੀ ਲੱਗਦਾ ਹੈ ਕਿ ਜ਼ਮੀਨੀ ਹਕੀਕਤ ਕੀ ਹੈ, ਕੁਝ ਨਿਕਲਦਾ ਹੈ, ਹੱਲ ਹੁੰਦਾ ਹੈ? ਮੇਰੇ ਖਿਆਲ ਅਨੁਸਾਰ ਤਾਂ ਇਹਨਾਂ ਦੇ ਵਿੱਚ ਕੁਛ ਨਹੀਂ ਜੇ ਨਿਕਲਦਾ, ਕਿਉਂਕਿ ਤਾਂ ਇਹਨਾਂ ਨਾਲ ਲੋਕਾਂ ਦੀਆਂ ਅੱਖਾਂ ਦੇ ਵਿੱਚ ਸਿਰਫ ਘੱਟਾ ਪਾਉਣਾ ਹੈ। ਸਰਕਾਰ ਕੋਈ ਵੀ ਆਵੇ, ਇਹ ਇਹਨਾਂ ਦਾ ਸਿਰਫ ਆਪਣਾ ਮਤਲਬ ਹੱਲ ਕਰਕੇ ਇਹ ਨਿਕਲ ਜਾਂਦੇ ਹੈ। ਆਮ ਲੋਕ ਨੂੰ, ਆਮ ਪਬਲਿਕ ਨੂੰ ਇਹਨਾਂ ਦੇ ਵਿੱਚੋਂ ਕੁਛ ਨਹੀਂ ਪ੍ਰਾਪਤੀ ਹੁੰਦੀ ਜੀ। ਇੱਕ ਦਿਨ ਦੇ ਜੇਕਰ ਖਰਚ ਦੀ ਗੱਲ ਕੀਤੀ ਜਾਵੇ ਤਾਂ ਇੱਕ ਦਿਨ ਦੇ ਇਜਲਾਸ ਦੇ ਉੱਪਰ ਲੱਖਾਂ ਰੁਪਏ ਖਰਚ ਹੁੰਦੇ ਨੇ, ਅਤੇ ਜਦੋਂ ਕਿਸਾਨ ਕਰਜ਼ੇ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਕਹਿ ਦਿੰਦੀ ਖਜ਼ਾਨਾ ਖਾਲੀ ਹੈ। ਇਹ ਤਾਂ ਇਹੀ ਗੱਲ ਹੈਗੀ ਜੀ, ਇਹ ਲੋਕਾਂ ਦਾ ਪੈਸਾ ਹੈ ਜੀ, ਇਹਨਾਂ ਨੂੰ ਲੋਕਾਂ ਦੇ ਪੈਸੇ ਦੇ ਨਾਲ ਜਿਵੇਂ ਟੈਕਸ ਲਾ ਲਾ ਕੇ, ਅੱਜ ਇੱਕ ਟੈਕਸ ਲਾ ਤੇ ਕੱਲ੍ਹ ਦੂਜੇ ਟੈਕਸ ਲਾ ਤੇ, ਇਹ ਲਾ ਲਾ ਕੇ ਲੋਕਾਂ ਤੋਂ ਇਕੱਠੇ ਕਰ ਰਹੇ ਹੈ, ਪਰ ਲੋਕ ਪੱਖੇ ਇਹਨਾਂ ਦਾ ਕੋਈ ਮੁੱਦਾ ਨਹੀਂ ਹੈ। ਜਿਹੜਾ ਕੋਈ ਉੱਥੇ ਉਠਾਉਂਦੇ ਵੀ ਹੈ, ਇਹ ਆਪਸ ਦੇ ਵਿੱਚ ਇਹਨਾਂ ਨੂੰ ਖਤਮ ਕਰ ਦਿੰਦੇ ਆ। ਲੋਕਾਂ ਤੱਕ ਕੋਈ ਇਹੋ ਜਿਹੀ ਮਤਲਬ ਨਹੀਂ ਪਹੁੰਚਦਾ ਜਿਹਦੇ ਨਾਲ ਕੋਈ ਲੋਕਾਂ ਨੂੰ ਪ੍ਰੋਫਿਟ ਹੋਵੇ। ਬਹੁਤ ਬਹੁਤ ਸ਼ੁਕਰੀਆ। ਕੀ ਨਾਮ ਹੈ ਜੀ? ਜੋਗਿੰਦਰ ਸਿੰਘ। ਜੋਗਿੰਦਰ ਸਿੰਘ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਦੋਂ ਸੈਸ਼ਨ ਸੱਦੇ ਜਾਂਦੇ ਨੇ ਸਾਲ ਦੇ ਵਿੱਚ, ਕਈ ਵਾਰ ਵਿਸ਼ੇਸ਼ ਸੈਸ਼ਨ ਵੀ ਬੁਲਾਏ ਜਾਂਦੇ ਨੇ ਕਿਸੇ ਮੁੱਦੇ ਦੇ ਉੱਪਰ ਲੈ ਕੇ, ਲੱਗਦਾ ਹੈ ਕਿ ਲੋਕਾਂ ਦੀ ਗੱਲ ਹੁੰਦੀ ਹੈ ਜਾਂ ਫਿਰ ਆਪਸ ਦੇ ਵਿੱਚ ਆਪੋਜੀਸ਼ਨ ਇੱਕ ਦੂਜੇ ਉੱਪਰ ਵਾਰ ਹੀ ਕਰਦੀ ਰਹਿ ਜਾਂਦੀ ਹੈ ਜੀ? ਆਪਸੀ ਲੜਦੇ ਆ, ਕਿਸੇ ਦੀ ਕੋਈ ਗੱਲ ਨਹੀਂ ਆਉਂਦੀ, ਬੁੱਧੂ ਬਣਾਉਂਦੇ ਲੋਕਾਂ ਦਾ, ਕੋਈ ਗੱਲ ਨਹੀਂ, ਕੋਈ ਕੁਛ ਨਹੀਂ, ਆਪਸ ਦੇ ਵਿੱਚ ਲੜਦੇ ਰਹਿੰਦੇ ਹੈ, ਠੀਕ ਹੈ ਨਾ, ਕਿਸੇ ਦਾ ਕੋਈ ਫਾਇਦਾ ਨਹੀਂ ਹੁੰਦਾ ਵਿਚਾਰੇ ਦਾ। ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ, ਇਹ ਕੀ ਕਹਿੰਦੇ ਨੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਮੇਰਾ ਨਾਮ ਪ੍ਰੀਤਮ ਸਿੰਘ। ਪ੍ਰੀਤਮ ਸਿੰਘ ਜੀ, ਇਹ ਇਜਲਾਸ ਜਿਹੜੇ ਹੁੰਦੇ ਨੇ, ਚਾਹੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਹੋਵੇ, ਪਾਰਲੀਮੈਂਟ ਦਾ ਸੈਸ਼ਨ ਹੋਵੇ, ਕੀ ਲੱਗਦਾ ਹੈ ਕਿ ਕਿੰਨੇ ਵੀ ਦਿਨ ਦਾ ਇਜਲਾਸ ਕਿਉਂ ਨਾ ਹੋਵੇ, ਲੋਕਾਂ ਦੇ ਮੁੱਦਿਆਂ ਦੇ ਉੱਪਰ ਕੋਈ ਚਰਚਾ ਹੁੰਦੀ ਹੈ ਜਾਂ ਫਿਰ ਹੰਗਾਮਿਆਂ ਦੀ ਭੇਂਟ ਚੜ੍ਹਦੀ? ਇਹ ਮਤਲਬ ਜਿਹੜਾ ਸੈਸ਼ਨ ਹੁੰਦਾ, ਮੈਂ ਉੱਥੇ 69 ਦੇ ਵਿੱਚ ਕਲਰਕ ਭਰਤੀ ਹੋਇਆ ਜੀ, ਵਿਧਾਨ ਸਭਾ, ਪੰਜਾਬ ਵਿਧਾਨ ਸਭਾ, ਔਰ ਅੰਡਰ ਸੈਕਟਰੀ ਕਲਾਸ 1 ਮੈਂ ਰਿਟਾਇਰ ਹੋਇਆ। ਜੋ 39 ਸਾਲ ਦੇ ਵਿੱਚ ਮੈਂ ਤਜਰਬਾ ਕੀਤਾ, ਉੱਥੇ ਕੁਛ ਨਹੀਂ ਹੁੰਦਾ, ਇਹ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਰਹੇ, ਮਤਲਬ ਲੋਕਾਂ ਨੂੰ ਗੁੰਮਰਾਹ ਕਰ ਰਹੇ। ਇਹ ਅੰਦਰੋਂ ਸਭ ਇੱਕੋ ਹੀ ਹੈ, ਨਾ ਕੋਈ ਕਾਂਗਰਸੀ ਹੈ, ਨਾ ਕੋਈ ਅਕਾਲੀ ਹੈ, ਨਾ ਕੋਈ BJP ਹੈ। ਇਹ ਉੱਥੇ ਆਪਣਾ ਦਿਖਾਉਂਦੇ ਲੜਾਈ ਝਗੜਾ, ਰਾਤ ਨੂੰ ਖਾਣਾ ਇਕੱਠਾ ਖਾਂਦੇ, ਇਹਨਾਂ ਦੇ ਕੰਮ ਹੁੰਦੇ, ਹੋਰ ਪਬਲਿਕ ਦਾ ਕੋਈ ਕੰਮ ਨਹੀਂ ਕਰਦੇ। ਯਾਨੀ ਕਿ ਜਿਹੜਾ ਇਹ ਹੰਗਾਮਾ ਕੀਤਾ ਜਾਂਦਾ ਹੈ, ਇਹ ਲੋਕਾਂ ਨੂੰ ਪਾਗਲ ਬਣਾਇਆ ਜਾਂਦਾ ਹੈ, ਲੋਕਾਂ ਨੂੰ ਗੁੰਮਰਾਹ ਕਰ ਰਹੇ ਅੰਦਰੋਂ ਸਭ ਇਕੱਠੇ। ਜਿਹੜਾ ਫਿਰ ਅੰਦਰ ਇੱਕ ਦੂਜੇ ਤੋਂ ਪ੍ਰਤੀਖੇ ਵਾਰ ਹੋ ਰਹੇ ਹੁੰਦੇ, ਉਹ ਡਰਾਮਾ ਹੁੰਦਾ? ਉਹ ਡਰਾਮਾ ਬਿਲਕੁਲ ਡਰਾਮਾ ਇਹਦਾ ਰਚੀ ਮਿਚੀ, ਕਿਉਂਕਿ ਮੈਂ 40 ਸਾਲ ਦਾ ਤਜਰਬਾ ਮੈਨੂੰ ਉੱਥੇ ਦਾ, ਇਹ ਸਭ ਗੁੰਮਰਾਹ ਕਰ ਰਹੇ। ਇਹ ਨਾ ਅਕਾਲੀ ਹੈ, ਨਾ BJP, ਨਾ ਕਾਂਗਰਸ, ਨਾ ਜਨਸੰਘ, ਇਹ ਲੋਕਾਂ ਨੂੰ ਗੁੰਮਰਾਹ ਕਰਕੇ ਮਤਲਬ ਵੋਟਾਂ ਲੈ ਕੇ ਆ ਜਾਂਦੇ। ਉੱਧਰ ਲੋਕਾਂ ਦੀ ਲੜਾਈ ਝਗੜਾ ਹੋ ਜਾਂਦਾ ਪਿੰਡਾਂ 'ਚ, ਵੋਟਾਂ ਜਿਹੜਾ ਪੈਂਦੀਆਂ ਵੀ ਮੈਂ BJP ਦਾ ਜਾਂ ਮੈਂ ਅਕਾਲੀ ਹਾਂ ਜਾਂ, ਉੱਥੇ ਲੜਾਈ ਝਗੜਾ ਹੁੰਦਾ, ਇੱਥੇ ਸਭ ਇਕੱਠੇ। ਇਹਨਾਂ ਦੇ ਕੰਮ ਹੁੰਦੇ, ਹੋਰ ਪਬਲਿਕ ਦਾ ਕੰਮ ਕੋਈ ਨਹੀਂ ਕਰਦਾ ਜੀ। ਬਿਲਕੁਲ, ਇਹ ਖੁਦ ਜਿਹੜੇ ਸਭ ਕੁਝ ਦੇਖ ਚੁੱਕੇ ਨੇ ਆਪਣੇ ਅੱਖੀ, ਇਹਨਾਂ ਨੇ ਸਭ ਕੁਝ ਦੇਖਿਆ ਹੋਇਆ, ਤੇ ਇਹ ਗੱਲ ਕਹਿ ਰਹੇ ਨੇ, ਆਈ ਵਿਟਨੈਸ ਕਹਿ ਸਕਦੇ ਇਹਨਾਂ ਨੂੰ, ਤੇ ਉਹ ਗੱਲ ਕਹਿ ਰਹੇ ਨੇ ਕਿ 40 ਸਾਲਾਂ ਦੇ ਵਿੱਚ ਕੋਈ ਲੋਕ ਦਾ ਮੁੱਦਾ ਹੱਲ ਹੁੰਦਾ ਨਹੀਂ ਇਹਨਾਂ ਨੇ ਦੇਖਿਆ। ਕੀ ਨਾਮ ਹੈ? ਮੇਰਾ ਨਾਮ ਵਿਲਸਨ ਹੈ ਜੀ, ਆਮ ਰਿਟਾਇਰਡ ਫਰੋਮ ਇਲੈਕਸ਼ਨ ਡਿਪਾਰਟਮੈਂਟ, ਤੇ ਮੈਂ ਜਿਹੜੇ ਮੈਂ 42 ਇਅਰਸ ਜੋਬ ਕੀਤੀ ਹੈ ਚੰਡੀਗੜ੍ਹ 'ਚ, ਮੈਂ ਬੇਸਿਕਲੀ ਬਿਲੋਂਗ ਟੂ ਚੰਡੀਗੜ੍ਹ, ਅਤੇ ਇੱਥੇ ਦੇਖਿਆ ਯੂ ਆਰ ਟਾਕਿੰਗ ਅਬਾਊਟ ਵਿਧਾਨ ਸਭਾ ਜੀ, ਹਾਂ, ਅਤੇ ਤੁਹਾਡਾ ਸਬਜੈਕਟ ਹੈ ਵਿਧਾਨ ਸਭਾ, ਇਹਨਾਂ ਨੇ ਪਾਈ ਲੱਗਦਾ ਕਿ ਜਿੰਨੇ ਵੀ ਵਿਧਾਨ ਸਭਾ ਦਾ ਇਜਲਾਸ ਹੋਵੇ, ਲੋਕ ਸਭਾ ਦਾ ਇਜਲਾਸ ਹੋਵੇ, ਲੋਕ ਮੁੱਦਿਆਂ 'ਤੇ ਚਰਚਾ ਹੁੰਦੀ ਹੈ ਕਦੇ? ਦੇਖੋ ਇਸ ਤਰ੍ਹਾਂ ਕਿ ਜਨਰਲ ਲੋਕ ਜਿਹੜੇ ਬਾਹਰ ਤੋਂ ਜਿਹੜੇ ਪਬਲਿਕ ਦੇ ਅੰਦਰ ਤਾਂ ਬੜੇ ਬੜੇ ਗੱਲਾਂ ਛੱਡਦੇ ਆ ਕਿ ਅਸੀਂ ਇਹ ਕਰਾਂਗੇ, ਉਹ ਕਰਾਂਗੇ, ਇਹ ਕਰਾਂਗੇ, ਲੇਕਿਨ ਜਦੋਂ ਇਹ ਅੰਦਰ ਆਉਂਦੇ ਆ ਉਹਨਾਂ ਤੋਂ ਕੋਈ, ਕਿਉਂਕਿ ਉਹਨਾਂ ਦਾ ਆਪਣਾ ਸੈਲਫ ਇੰਟਰਸਟ ਜੁੜਿਆ ਹੁੰਦਾ, ਉਹਨਾਂ ਨੂੰ ਵੋਟਿੰਗ ਦੇ ਨਾਲ ਕੰਸਰਨ ਹੈ ਜਾਂ ਜਿੱਥੇ ਫਾਈਨੈਂਸ਼ੀਅਲ ਮੈਟਰ ਇਨਵੋਲਵ ਹੁੰਦਾ ਉਹ ਉੱਥੇ ਉਸ ਟੋਪਿਕ 'ਤੇ ਗੱਲ ਕਰਦੇ। ਆਮ ਜਨਤਾ ਜਿਹੜੀ ਹੈ ਉੱਥੇ ਦੀ ਉੱਥੇ ਰਹਿੰਦੀ ਹੈ, ਇਲੈਕਸ਼ਨ ਦੇ ਟਾਈਮ ਹੱਥ ਜੋੜ ਕੇ ਸਾਰਾ ਕੁਝ ਉਹ ਕਰਕੇ ਆਪਣੇ ਕੈਪਚਰ ਕਰ ਲੈਂਦੇ, ਲੇਕਿਨ ਬੇਸਿਕ ਜਿਹੜੀ ਗੱਲਾਂ ਸਾਰੀਆਂ ਉੱਥੇ ਦੀ ਉੱਥੇ ਰਹਿੰਦੀਆਂ। ਗਰੀਬ ਗਰੀਬ ਹੁੰਦਾ ਜਾ ਰਿਹਾ, ਮਿਡ
ਰਾਜਕੁਮਾਰ। ਰਾਜਕੁਮਾਰ ਜੀ, ਹਾਲ ਹੀ ਦੇ ਵਿੱਚ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਵੀ ਖਤਮ ਹੋ ਕੇ ਹਟਿਆ ਹੈ, ਸਮੇਂ ਸਮੇਂ 'ਤੇ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਵੀ ਚੱਲਦਾ ਰਹਿੰਦਾ ਹੈ, ਮੌਨਸੂਨ ਇਜਲਾਸ ਵੀ ਆਉਂਦਾ ਹੈ, ਕੀ ਲੱਗਦਾ ਹੈ ਕਿ ਇਹਨਾਂ ਸੈਸ਼ਨਸ ਦੇ ਵਿੱਚ ਲੋਕਾਂ ਦੀ ਗੱਲ ਹੁੰਦੀ ਹੈ ਜਾਂ ਫਿਰ ਜਿਹੜੇ ਨੁਮਾਇੰਦੇ ਚੁਣ ਕੇ ਭੇਜੇ ਹੁੰਦੇ ਨੇ ਉਹ ਫਿਰ ਆਪਣੇ ਹੀ ਹੰਗਾਮੇ ਕਰਨ ਦੇ ਵਿੱਚ ਰੁੱਝ ਜਾਂਦੇ ਨੇ? ਜਿਹੜੇ MLA ਨੇ MP ਜੇ ਬਣਦੇ ਨੇ ਉਹਨਾਂ ਨੂੰ ਲੋਕਾਂ ਦੇ ਮਸਲੇ ਉਠਾਉਣੇ ਚਾਹੀਦੇ ਨੇ। ਉਹ ਲੋਕਾਂ ਦੇ ਮਸਲੇ ਉਠਾਉਣ ਦੀ ਜਗ੍ਹਾ ਆਪਣੇ ਹੀ ਮਸਲੇ ਪਰਕਸ ਵਧਾਉਣੇ, ਸੈਲਰੀਆਂ ਵਧਾਉਣੀਆਂ ਜਾਂ ਅਲਾਉਂਸ ਵਧਾਉਣੇ, ਉਹਨਾਂ ਬਾਰੇ ਕਰਦੇ ਨੇ ਗੱਲ। ਔਰ ਬਾਕੀ ਕੋਈ ਵੀ ਇਸ਼ੂ ਜੇ ਹੁੰਦਾ ਤਾਂ ਉਹ ਪੋਲੀਟੀਕਲ ਇਸ਼ੂ ਬਣਾ ਕੇ ਉਹ ਦੇਸ਼ ਦਾ ਸਮਾਂ ਬਰਬਾਦ ਕਰਦੇ ਨੇ ਔਰ ਨਾਲੇ ਪੈਸੇ ਬਰਬਾਦ ਕਰਦੇ, ਲੋਕਾਂ ਦਾ ਸਮਾਂ ਬਰਬਾਦ ਕਰਦੇ ਨੇ। ਔਰ ਜੋ ਅਸਲੀ ਮੁੱਦਾ ਕਿ ਜਿਸ ਦੇ ਵਿੱਚ ਉਹਨਾਂ ਨੂੰ ਕਾਨੂੰਨ ਬਣਾਉਣੇ ਚਾਹੀਦੇ ਨੇ, ਉਹ ਤੋਂ ਹਟ ਕੇ ਉਹ ਕਾਨੂੰਨ ਬਣਾਉਣ ਦੀ ਜਗ੍ਹਾ ਆਪਣੇ ਹੰਗਾਮੇ ਕਰਦੇ ਨੇ, ਉਹ ਪੋਲੀਟੀਕਲ ਇਸ਼ੂ ਬਣਾਉਂਦੇ ਨੇ ਔਰ ਜਿਸਦਾ ਦੇਸ਼ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ। ਬਿਲਕੁਲ, ਤੁਸੀਂ ਗੱਲ ਕੀਤੀ ਕਿ ਹੰਗਾਮੇ ਹੁੰਦੇ ਨੇ, ਆਮ ਲੋਕ ਜਿਹੜਾ ਹੁੰਦਾ ਹਰ ਕੋਈ ਸਦਨ ਦੇ ਅੰਦਰ ਨਹੀਂ ਜਾ ਸਕਦਾ, ਇਸੇ ਕਰਕੇ ਲੋਕ ਜਿਹੜੇ ਨੇ ਉਹ ਆਪਣੇ ਨੁਮਾਇੰਦੇ ਚੁਣਦੇ ਨੇ ਤਾਂ ਜੋ ਉਹਨਾਂ ਦੀ ਆਵਾਜ਼ ਜਿਹੜੀ ਹੈ ਉੱਥੇ ਜਾ ਕੇ ਚੱਕਣ। ਪਰ ਅਸੀਂ ਹਮੇਸ਼ਾ ਹੀ ਦੇਖਿਆ ਹੈ ਕਿ ਵਿਧਾਨ ਸਭਾ ਦੇ ਹੋਵੇ ਜਾਂ ਲੋਕ ਸਭਾ ਦੇ ਅੰਦਰ ਵੀ ਹੰਗਾਮਾ ਹੁੰਦਾ ਹੈ ਅਤੇ ਬਾਹਰ ਵੀ ਹੰਗਾਮਾ ਹੁੰਦਾ ਰਹਿੰਦਾ ਹੈ, ਅੱਧੇ ਦਿਨ ਛੁੱਟੀਆਂ ਆ ਜਾਂਦੀਆਂ ਨੇ ਅਤੇ ਇਹ ਸੈਸ਼ਨ ਦੇਖਦੇ ਦੇਖਦੇ ਇੱਦਾਂ ਹੀ ਚਲਾ ਜਾਂਦਾ ਹੈ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਕਿਉਂਕਿ ਇਹ ਲੋਕਾਂ ਦਾ ਪੈਸਿਆਂ ਦਾ, ਲੋਕਾਂ ਦੇ ਜੋ ਟੈਕਸ ਦਿੰਦੇ ਨੇ ਉਹਨਾਂ ਦੇ ਖਰਚੇ 'ਤੇ ਇਹ ਸਭ ਕੁਝ ਚੱਲਦਾ ਹੈ, ਪਰ ਬਜਾਏ ਇਹਦੇ ਲੋਕਾਂ ਦੇ ਮਸਲੇ ਉਠਾਉਣ ਦੇ ਜਗ੍ਹਾ 'ਤੇ ਇਹ ਆਪਣੇ ਪੋਲੀਟੀਕਲ ਇਸ਼ੂ ਬਣਾ ਕੇ ਉਹ ਸਾਰਾ ਸਮਾਂ ਜਿਹੜਾ ਖਰਾਬ ਕਰਦੇ ਨੇ ਔਰ ਦੇਸ਼ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਨੇ। ਇਹਨਾਂ ਨੂੰ ਚਾਹੀਦਾ ਕਿ ਦੇਸ਼ ਦੇ ਮਸਲੇ ਉਠਾਉਣ, ਦੇਸ਼ ਦੇ ਬੇਰੁਜ਼ਗਾਰੀ ਵਾਲੇ ਮਸਲੇ ਉਠਾਉਣ, ਦੇਸ਼ ਦੇ ਹਿੱਤ ਦੇ ਬਾਰੇ ਗੱਲ ਕਰਨ ਔਰ ਦੇਸ਼ ਦੀ ਸੇਵਾ ਕਰਨ, ਜਿਸ ਔਰ ਉਹ ਮਕਸਦ ਪੂਰਾ ਕਰਨ ਜਿਹਦੇ ਵਾਸਤੇ ਇਹਨਾਂ ਨੂੰ ਜਿੱਤ ਕੇ ਅਸੀਂ ਚੁਣ ਕੇ ਇਹਨਾਂ ਨੂੰ ਭੇਜਿਆ। ਬਹੁਤ ਬਹੁਤ ਸ਼ੁਕਰੀਆ। ਕੀ ਨਾਮ ਹੈ ਜੀ? ਬਲਵਿੰਦਰ ਸਿੰਘ। ਬਲਵਿੰਦਰ ਸਿੰਘ ਜੀ, ਇੱਕ ਦਿਨ ਦੇ ਜੇਕਰ ਗੱਲ ਕੀਤੀ ਜਾਵੇ ਇਹਨਾਂ ਦੇ ਖਰਚੇ ਦੇ ਤਾਂ ਲੱਖਾਂ ਦੇ ਹਿਸਾਬ ਨਾਲ ਜਿਹੜਾ ਇਹ ਖਰਚਾ ਹੁੰਦਾ, ਸੋ ਕੀ ਲੱਗਦਾ ਹੈ ਕਿ ਇਹ ਪੈਸਾ ਜਿਹੜਾ ਕਿੰਨਾ ਕੁ ਜ਼ਿਆਦਾ ਦੁਰਉਪਯੋਗ ਹੋ ਰਿਹਾ ਇਹਨਾਂ ਸੈਸ਼ਨਸ ਦੇ ਵਿੱਚ? ਦੇਖੋ, ਪੈਸੇ ਦਾ ਦੁਰਉਪਯੋਗ ਤਾਂ ਹੋ ਰਿਹਾ, ਕਿਉਂਕਿ ਜਿਹੜੇ MLAs ਜਾਂ MPs ਹੈਗੇ ਆ ਇਹ ਸੀਰੀਅਸਲੀ ਉੱਥੇ ਜਨਤਾ ਦੇ ਇਸ਼ੂ ਨਹੀਂ ਚੁੱਕਦੇ ਆ। ਜਲਦੀ ਅੱਜ ਕੱਲ੍ਹ ਇੱਕ ਰਿਵਾਜ਼ ਵੀ ਬਣ ਗਿਆ ਕਿ ਹਰ ਗੱਲ ਵੋਟ ਬੈਂਕ ਪੋਲੀਟਿਕਸ ਹੋ ਜਾਂਦੀ ਹੈ। ਜੇ ਪਾਰਲੀਮੈਂਟ 'ਚ ਵੀ ਕੋਈ ਇਸ਼ੂ ਡਿਸਕਸ ਹੁੰਦਾ, ਜਿਵੇਂ ਟ੍ਰਿਪਲ ਤਲਾਕ ਦਾ ਇਸ਼ੂ ਸੀਗਾ ਜਾਂ ਸ਼ਰੀਅਤ ਵਾਲਾ ਇਸ਼ੂ ਸੀਗਾ, ਉਹ ਰਾਤ ਦਿਨ ਸੀਰੀਅਸਲੀ ਡਿਸਕਸ ਕਰਨ ਦੀ ਜਗ੍ਹਾ, ਪਬਲਿਕ ਡਿਬੇਟ ਦੀ ਜਗ੍ਹਾ, ਉਹ ਵੋਟ ਬੈਂਕ ਪੋਲੀਟਿਕਸ ਬਣ ਗਿਆ। ਬਿਲਕੁਲ, ਉਹੀ ਮੈਨੂੰ ਲੱਗਦਾ ਕਿ ਕਾਰਨ ਬਣਿਆ ਕਿ ਇੰਨੇ ਦਿਨਾਂ ਦਾ ਸੈਸ਼ਨ ਚੱਲਣ ਤੋਂ ਬਾਅਦ ਵੀ 3 ਤਲਾਕ ਦੇ ਮੁੱਦੇ 'ਤੇ ਕੋਈ ਜਿਹੜਾ ਹੱਲ ਨਹੀਂ ਨਿਕਲਿਆ, ਕੋਈ ਫਲ ਨਹੀਂ ਨਿਕਲਿਆ। ਸੋ ਸ਼ੇਅਰਲੀ ਇਟ ਵੇਸਟੇਜ ਆਫ ਟਾਈਮ ਐਂਡ ਪਬਲਿਕ ਮਨੀ ਤਾਂ ਹੈਗਾ ਹੀ ਹੈ। ਤੋ ਐਟਲੀਸਟ ਹੁਣ ਪੋਲੀਟੀਸ਼ਨ ਦਾ ਜੋ ਕਰਦੇ ਆ ਕਰਦੇ ਆ, ਲੋਕਾਂ ਨੂੰ ਵੀ ਸੋਚ ਸਮਝ ਕੇ ਵੋਟ ਪਾਉਣੀ ਚਾਹੀਦੀ ਹੈ ਵੀ ਕਿਹੜਾ ਨੁਮਾਇੰਦਾ ਉਹਨਾਂ ਲਈ ਠੀਕ ਹੈ, ਕਿਹੜਾ ਨਹੀਂ ਠੀਕ ਹੈ, ਕਿਉਂਕਿ ਉਹੀ ਇਹਨਾਂ ਦੀ ਵੋਇਸ ਹੈਗੀ ਆ ਪਾਰਲੀਮੈਂਟ 'ਚ। ਬਿਲਕੁਲ, ਇਹਨਾਂ ਨੇ ਸਹੀ ਗੱਲ ਕਹੀ ਕਿ ਜਿਹੜੇ ਲੋਕ ਉੱਥੇ ਜਾ ਕੇ, ਅਸੀਂ ਜਦੋਂ ਅੱਜ ਕਹਿੰਦੇ ਹਾਂ ਕਿ ਉਹ ਨੁਮਾਇੰਦੇ ਹੰਗਾਮਾ ਕਰਦੇ ਪਏ ਨੇ, ਉਹੀ ਨੁਮਾਇੰਦੇ ਨੇ ਜਿਹਨਾਂ ਨੂੰ ਅਸੀਂ ਚੁਣ ਕੇ ਭੇਜਿਆ, ਸੋ ਲੋਕਾਂ ਦੀ ਵੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕ ਜਾਗਰੂਕ ਹੋਣ, ਉਸ ਨੁਮਾਇੰਦੇ ਨੂੰ ਹੀ ਭੇਜਣ ਜਿਹੜਾ ਅਸਲ ਦੇ ਵਿੱਚ ਹੱਕਦਾਰ ਹੈ ਉਸ ਪਵਿੱਤਰ ਜਗ੍ਹਾ 'ਤੇ ਜਾਣ ਦਾ, ਅਤੇ ਉਹ ਜਾ ਕੇ ਉੱਥੇ ਜਿਹੜਾ ਹੈ ਉਹ ਬਜਾਏ ਹੰਗਾਮਿਆਂ ਦੇ ਲੋਕਾਂ ਦੇ ਮੁੱਦੇ ਚੁੱਕੇ। ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ। ਨੌਜਵਾਨ ਪੀੜ੍ਹੀ ਦੇ ਨਾਲ ਗੱਲ ਕਰਾਂਗੇ, ਕਿਉਂਕਿ ਨੌਜਵਾਨਾਂ ਦਾ ਜਿਹੜਾ ਇੱਕ ਪੁਆਇੰਟ ਆਫ ਵਿਊ ਆ ਉਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਇਹਨਾਂ ਦਾ ਵਿਚਾਰ ਜਾਣਨਾ। ਕੀ ਨਾਮ ਹੈ ਜੀ? ਅਰਸ਼ਪ੍ਰੀਤ ਸਿੰਘ ਜੀ। ਅਰਸ਼, ਕੀ ਲੱਗਦਾ ਹੈ ਕਿ ਲੋਕਾਂ ਦੇ ਮੁੱਦਿਆਂ ਦੇ ਉੱਪਰ ਇਜਲਾਸ ਦੇ ਦੌਰਾਨ ਗੱਲ ਹੁੰਦੀ ਹੈ, ਚਾਹੇ ਉਹ ਪਾਰਲੀਮੈਂਟ ਦਾ ਹੋਵੇ ਜਾਂ ਫਿਰ ਵਿਧਾਨ ਸਭਾ ਦੇ ਇਜਲਾਸ ਹੋਵੇ? ਨਹੀਂ, ਕਈ ਲੀਡਰ ਕਰਦੇ ਨੇ, ਜਿੱਦਾਂ ਸੁਖਪਾਲ ਖਹਿਰਾ ਹੋ ਗਿਆ, ਭਗਵੰਤ ਮਾਨ ਹੋ ਗਿਆ, ਇਹਨਾਂ ਦੀਆਂ ਆਪਾਂ ਵੈਸੇ ਵੀ ਦੇਖਦੇ ਹਾਂ ਸਪੀਚਾਂ ਉਹਨਾਂ ਦੀਆਂ ਵੀ ਜਿਹੜੀਆਂ ਯੂਟਿਊਬ 'ਤੇ ਆਉਂਦੀਆਂ ਨੇ, ਉਹ ਕਰਦੇ ਨੇ ਗੱਲਾਂ, ਅਤੇ ਕਈ ਸਿਰਫ ਉੱਥੇ ਜਾਂਦੇ ਲੜਨ, ਉਹਨਾਂ ਨੂੰ ਟੋਕਣ, ਅਤੇ ਜਿਹੜੇ ਜਿਨ੍ਹਾਂ ਨੇ ਕੰਮ ਕਰਨਾ ਵਧੀਆ ਕਰਦੇ ਨੇ, ਜਿਨ੍ਹਾਂ ਨੇ ਨਹੀਂ ਕਰਨਾ ਉਹ ਨਹੀਂ ਕਰਦੇ। ਜਦੋਂ ਇਹਨਾਂ ਦੀ ਗੱਲ ਕਰੀਏ ਇਜਲਾਸ ਦੇ ਖਰਚ ਦੀ ਗੱਲ ਕਰੀਏ, ਇੱਕ ਦਿਨਾਂ ਦਾ ਲੱਖਾਂ ਦੇ ਵਿੱਚ ਖਰਚ ਹੁੰਦਾ ਹੈ, ਸੋ ਕੀ ਲੱਗਦਾ ਹੈ ਕਿ ਜੇਕਰ ਸੁਚੱਜੇ ਤਰੀਕੇ ਨਾਲ ਉਸ ਪੈਸੇ ਦਾ ਇਸਤੇਮਾਲ ਕੀਤਾ ਜਾਵੇ ਤਾਂ ਦੇਸ਼ ਕਿਧਰੇ ਹੋਰ ਨਹੀਂ ਪਹੁੰਚ ਸਕਦਾ? ਪਹੁੰਚ ਸਕਦਾ ਜੀ, ਇਕੱਲਾ ਫੋਨ ਦਾ ਖਰਚਾ ਕਿਆ, ਇੱਕ ਜਿਹੜਾ ਮੁੱਖ ਮੰਤਰੀ ਹੈ ਉਹ ਲਾ ਸਕਦਾ ਵੀ ਪਾਣੀ ਵੇਚਣੇ ਦਾ। ਹੁਣ ਸੁਖਪਾਲ ਖਹਿਰਾ ਦਾ ਮੈਂ ਇੱਕ ਦਿਨ ਵੀਡੀਓ ਸੁਣੀ ਸੀ, ਉਹ ਕਹਿੰਦਾ ਹੁਣ ਤੱਕ 16 ਲੱਖ ਕਰੋੜ ਦਾ ਪਾਣੀ ਆਪਾਂ ਰਾਜਸਥਾਨ ਨੂੰ ਵੇਚਤਾ, ਮਤਲਬ ਕਿ ਦੇ ਤਾ ਜਿਹੜਾ ਫਰੀ ਦੇ ਤਾ, ਉਹ 16 ਲੱਖ ਕਰੋੜ ਉਰੇ ਆਉਂਦਾ ਪੰਜਾਬ ਵਿੱਚ, ਸਾਡੀਆਂ ਘਰ ਵੀ ਪੈ ਜਾਣੇ ਅਤੇ ਕਰਜ਼ਾ ਕਿਆ ਮਾਫ ਹੋਣਾ, ਦਾ ਸਰਕਾਰ ਘਰ ਵੀ ਪਾ ਸਕਦੀ ਸੀ। ਯਾਨੀ ਕਿ ਤੁਸੀਂ ਮੰਨਦੇ ਹੋ ਕਿ ਕੁਝ ਕੁ ਲੀਡਰ ਨੇ ਜਿਹੜੇ ਮੁੱਦੇ ਚੁੱਕਦੇ ਨੇ, ਪਰ ਕੁਝ ਕੁ ਲੀਡਰ ਨੇ ਜਿਹੜੇ ਉਹਨਾਂ ਦੇ ਮੁੱਦਿਆਂ ਨੂੰ ਵੀ ਹੰਗਾਮਿਆਂ ਦੇ ਵਿੱਚ ਤਬਦੀਲ ਕਰ ਦਿੰਦੇ ਨੇ? ਹੁਣ ਜਿਹੜਾ ਇਹ ਨਵਜੋਤ ਸਿੱਧੂ ਪਾਕਿਸਤਾਨ ਗਿਆ ਤਾ, ਆਪਣਾ ਉੱਥੇ ਮਿਲ ਕੇ ਆਇਆ, ਉਹਨਾਂ ਨਾਲ ਵਧੀਆ ਮਿਲਿਆ ਆ, ਉਹ ਕਿਹੜੇ ਆਪਣੇ ਉਹ ਲੱਗਦੇ ਆ, ਉਹਨਾਂ ਨੇ ਜੱਫੀ ਪਾਈ, ਚੱਲ ਉਹਨਾਂ ਦਾ ਹੁਣ ਉਹੀ ਚੱਕਿਆ ਹੋਇਆ, ਸਿਆਸਤ ਹੋ ਰਹੀ ਪੂਰੀ, ਕਿਆ ਗੱਲ, ਉਹ ਤਾਂ ਕੁਛ ਵੀ ਨਹੀਂ ਹੈਗੀ। ਕੀ ਨਾਮ ਹੈ? ਬਲਜੀਤ ਸਿੰਘ। ਬਲਜੀਤ, ਤੁਹਾਨੂੰ ਕੀ ਲੱਗਦਾ ਹੈ, ਤੁਸੀਂ ਇਸ ਪੂਰੇ ਮਾਮਲੇ ਦੇ ਉੱਪਰ ਆਪਣਾ ਕੀ ਪ੍ਰਤੀਕਰਮ ਦੇਣਾ? ਮੇਰਾ ਇਹ ਮੰਨਣਾ
ਉਹਨਾਂ ਨੂੰ ਉਠਾਉਣਾ ਵਧੀਆ ਗੱਲ ਆ, ਬਟ ਕਈ ਇਹੋ ਜਿਹੇ ਮੁੱਦੇ ਨੇ ਜਿਹੜੇ ਉਠਾਈ ਨਹੀਂ ਜਾਂਦੇ। ਤੁਸੀਂ ਇੱਥੇ 17 ਆਪਾਂ ਮਾਰਕੀਟ ਦੇ ਵਿੱਚ ਆ, ਤੁਸੀਂ ਇੱਥੇ ਘੁੰਮੋ, ਕਿੰਨੇ ਲੋਕ ਇਹੋ ਜਿਹੇ ਮਿਲਣਗੇ ਜਿਹੜੇ ਬੇਘਰ ਨੇ, ਇਹਨਾਂ ਨੂੰ ਰੋਟੀ ਨਹੀਂ ਮਿਲਦੀ ਹੈਗੀ, ਉਹ ਮੁੱਦਾ ਕਿੱਥੇ ਆ? ਸਰਕਾਰਾਂ ਦਾ ਫੈਸਲਾ ਆਇਆ, ਸਰਕਾਰਾਂ ਦਾ, ਸਰਕਾਰ ਇੱਕ ਆਪਾਂ ਵੋਟ ਪਾਉਂਦੇ ਹਾਂ, ਆਪਣਾ ਅਧਿਕਾਰ ਆ, ਉਹਨਾਂ ਨੂੰ ਜਿਤਾਉਂਦੇ ਹਾਂ, ਉਹਨਾਂ ਦਾ ਫਰਜ਼ ਬਣਦਾ ਆ ਕਿ ਜੇ ਕੋਈ ਸਾਡੇ ਰਾਜ ਦੇ ਵਿੱਚ ਸਾਡੇ ਆਪਣੇ ਪੰਜਾਬ ਦਾ ਕੋਈ ਬੰਦਾ ਭੁੱਖਾ ਮਰ ਰਿਹਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਆ ਉਹਨੂੰ ਰੋਟੀ ਦੇਣਾ ਅਤੇ ਉਹਨਾਂ ਨੂੰ ਘਰ ਦੇਣਾ। ਘੱਟੋ ਘੱਟ ਕੁਛ ਤਾਂ ਹੋਣਾ ਚਾਹੀਦਾ ਆ। ਤੁਸੀਂ ਸੜਕਾਂ ਦਾ ਹਾਲ ਦੇਖ ਲਓ, ਮੈਂ ਕਹਿੰਦਾ ਪਿੰਡ ਸ਼ਹਿਰਾਂ ਨੂੰ ਛੱਡੋ, ਚੰਡੀਗੜ੍ਹ ਫਿਰ ਬਹੁਤ ਵਧੀਆ, ਮੋਹਾਲੀ ਬਹੁਤ ਵਧੀਆ, ਪਿੰਡਾਂ 'ਚ ਜਾ ਕੇ ਦੇਖੋ ਤੁਸੀਂ, ਪਿੰਡਾਂ 'ਚ ਤੁਹਾਨੂੰ ਸੱਥਾਂ ਦੇ ਲੋਕ ਇਹੋ ਜਿਹੇ ਮਿਲਣਗੇ ਜਿਹੜੇ ਕਲਪੇ ਫਿਰਦੇ ਨੇ। ਉਹਨਾਂ ਕੋਲ ਇੱਕ ਚਾਰਾ ਨਹੀਂ, ਉਹ ਕਹਿੰਦੇ ਵੀ ਅਸੀਂ ਇਹਨੂੰ ਵੋਟ ਪਾ ਦਿੰਦੇ ਹਾਂ ਤਾਂ ਦੂਜੇ ਰਹਿ ਜਾਂਦੇ ਨੇ, ਇੱਕ ਜਿੱਤ ਕੇ ਉਹ ਵੀ ਇਹੀ ਕਰਦੇ ਨੇ, ਦੂਜਾ ਜਿੱਤ ਕੇ ਉਹ ਵੀ ਇੱਦਾਂ ਹੀ ਕਰਦੇ ਨੇ। ਸੋ ਪਾਣੀ ਦਾ ਮੁੱਦਾ, ਜੇ ਅਸੀਂ ਪਾਣੀ ਇੰਨੇ ਦਾ ਵੇਚਤਾ, ਜੇ ਇਹ ਚੀਜ਼ਾਂ ਬਹੁਤ ਬਾਹਰਦੀਆਂ ਨੇ, ਉਦੋਂ ਪਹਿਲਾਂ ਜੋ ਹਕੀਕਤ ਆ, ਜੋ ਨੀਚੇ ਵਾਲੇ ਮੁੱਦੇ ਨੇ ਉਹਨਾਂ ਨੂੰ ਕੁਛ ਗਿਣਿਆ ਹੀ ਨਹੀਂ ਜਾਂਦਾ, ਪਰ ਇਹਨਾਂ ਦੀ ਤਾਂ ਪਰਵਾਹ ਹੀ ਨਹੀਂ ਕੀਤੀ ਜਾਂਦੀ ਵੀ ਇਹ ਚੀਜ਼ਾਂ ਹੈਗੀਆਂ ਨੇ, ਪਰ ਉਹ ਚੀਜ਼ਾਂ ਸਭ ਤੋਂ ਪਹਿਲਾਂ ਉੱਠ ਕੇ ਆਉਣੀਆਂ ਚਾਹੀਦੀਆਂ। ਬਹੁਤ ਬਹੁਤ ਸ਼ੁਕਰੀਆ। ਬਿਲਕੁਲ, ਇਹਨਾਂ ਨੇ ਸਹੀ ਗੱਲ ਕਹੀ ਕਿ ਬਹੁਤ ਜਿਹੜੇ ਅਜਿਹੇ ਮੁੱਦੇ ਨੇ ਉਹ ਆਮ ਲੋਕਾਂ ਤੋਂ ਕਿਤੇ ਜਾ ਕੇ ਪਰੇ ਨੇ, ਜਿਹੜੀ ਜ਼ਮੀਨੀ ਹਕੀਕਤ ਹੈ, ਰੁਜ਼ਗਾਰ ਦਾ ਮੁੱਦਾ ਜਿਹੜਾ ਸਭ ਤੋਂ ਵੱਡਾ ਹੈ, ਜਿਹੜਾ ਕਦੇ ਵੀ ਜਿਹੜਾ ਉਹ ਚੁੱਕਿਆ ਨਹੀਂ ਜਾਂਦਾ। ਦਾਅਵੇ ਬਹੁਤ ਵੱਡੇ ਵੱਡੇ ਕੀਤੇ ਜਾਂਦੇ ਨੇ, ਪਰ ਅੱਜ ਵੀ ਜਿਹੜਾ ਹੈ ਉਹ ਆਸ ਪਾਸ ਜਿਹੜੇ ਇਹ ਨੌਜਵਾਨ ਤੁਸੀਂ ਦੇਖ ਰਹੇ ਹੋ, ਇਹ ਸਭ ਤੋਂ ਵੱਧ ਜਿਹੜੀ ਬੇਰੁਜ਼ਗਾਰੀ ਦੀ ਮਾਰ ਇਹਨਾਂ ਦੇ ਉੱਪਰ ਪੈ ਰਹੀ ਹੈ। ਕੀ ਨਾਮ ਹੈ? ਅਵਤਾਰ ਸਿੰਘ ਜੀ। ਅਵਤਾਰ ਕੀ ਕਰਦੇ ਹੋ? ਮੈਂ ਥੀਏਟਰ ਕਰਦਾ ਜੀ। ਜੋਬ ਕਰਦੇ ਹੋ? ਨਹੀਂ, ਜੋਬ ਨਹੀਂ ਕਰਦਾ ਜੀ, ਜੋਬ ਸਰਕਾਰ ਤੋਂ ਨਹੀਂ ਕਰੀ। ਜੋਬ ਮਿਲਦੀ ਨਹੀਂ ਹੈ? ਨਹੀਂ ਮਿਲਦੀ। ਕਿਉਂ ਨਹੀਂ ਮਿਲਦੀ? ਸਰਕਾਰ ਤੁਹਾਨੂੰ ਪਤਾ ਹੈ ਜੀ, ਜਦ ਤੱਕ ਸਰਕਾਰ ਜੇ ਚਾਹੇ ਸਾਰਿਆਂ ਨੂੰ ਦੇ ਵੀ ਸਕਦੀ। ਸਰਕਾਰ ਨੇ ਵਾਅਦੇ ਤਾਂ ਬੜੇ ਕੀਤੇ ਸੀਗੇ ਕਿ ਜਿਹੜੀ ਨੌਕਰੀ ਦਿੱਤੀ ਜਾਵੇਗੀ, ਤਾਂ ਤੁਹਾਨੂੰ ਲੱਗਦਾ ਕਿ ਉਹ ਵਾਅਦਿਆਂ ਨੂੰ ਬੂਰ ਨਹੀਂ ਪੈ ਰਿਹਾ? ਨਹੀਂ ਪੈ ਰਿਹਾ ਜੀ। ਜਦੋਂ ਆਪਾਂ ਇਜਲਾਸ ਦੀ ਗੱਲ ਕਰਦੇ ਹਾਂ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਵਿਧਾਨ ਸਭਾ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਲੋਕਾਂ ਦੇ ਮੁੱਦਿਆਂ 'ਤੇ ਚਰਚਾ ਹੁੰਦੀ ਹੈ? ਚਰਚਾ ਬਿਲਕੁਲ ਹੁੰਦੀ ਹੈ, ਪਰ ਉਹਨਾਂ ਦਾ ਕੋਈ ਉਹ ਨਹੀਂ ਹੁੰਦਾ ਜੀ, ਨਹੀਂ ਹੁੰਦਾ। ਹਾਂਜੀ, ਜਿਹੜੀ ਬੂਰ ਦੀ ਗੱਲ ਹੈ ਜੀ, ਇਹ ਇੱਥੋਂ ਕਲੀਅਰ ਹੋ ਜਾਂਦੀ ਆ ਵੀ ਹੁਣ ਯੂਨੀਵਰਸਿਟੀ ਚੱਲ ਜਾਓ, ਤੁਸੀਂ ਪੰਜਾਬ ਚੱਲ ਜਾਓ, ਪੰਜਾਬੀ ਪਟਿਆਲਾ ਚੱਲ ਜਾਓ, ਸੀਟਾਂ ਖਾਲੀ ਪਈਆਂ ਨੇ। ਨਹੀਂ, ਸਰਕਾਰੀ ਕਾਲਜਾਂ ਦੇ ਵਿੱਚ ਸੀਟ ਨਹੀਂ ਮਿਲਦੀ ਸੀ, 11 ਵਾਲਾ ਖਾਲੀ ਪਿਆ ਆ, ਸਾਰੇ ਆਈਲੈਟਸ ਕਰਕੇ ਬਾਹਰ ਜਾਈ ਜਾਂਦੇ ਨੇ। ਬਾਹਰ ਜਾਣ ਦਾ ਕਾਰਨ ਕੀ ਆ? ਕਿਉਂਕਿ ਉੱਥੇ ਕੰਮ ਮਿਲਦਾ ਆ, ਉੱਥੇ ਇੱਕ ਤਾਂ ਆਪਣੇ ਲੋਕਾਂ ਦੀ ਸ਼ਰਮ ਖਤਮ ਹੋ ਜਾਂਦੀ ਆ, ਅੱਗੇ ਦਿਹਾੜੀ ਕਰਨੀ ਸਾਰਾ ਕੁਛ ਉਹ ਕਰਦੇ ਨੇ, ਪਰ ਇੱਥੇ ਰਹਿ ਕੇ ਆਪਾਂ ਬਹੁਤ ਕੁਛ ਕਰ ਸਕਦੇ ਹਾਂ ਜੇ ਆਪਾਂ ਨੂੰ ਇੱਕ ਨੌਕਰੀ ਦਿੱਤੀ ਜਾਵੇ। ਹੁਣ ਕਈ ਲੋਕ ਹੁਣ ਜਿਵੇਂ ਅਸੀਂ ਤਾਂ ਮੰਨਿਆ ਸਾਡੀ ਅੰਦਰੋਂ ਹੀ ਅਸੀਂ ਮੈਂ ਤਾਂ ਨੌਕਰੀ ਕਰਨੀ ਨਹੀਂ ਚਾਹੁੰਦਾ ਹੈਗਾ, ਪਰ ਜਿਹੜੇ ਕਰਨੀ ਚਾਹੁੰਦੇ ਨੇ ਉਹਨਾਂ ਨੂੰ ਘੱਟੋ ਘੱਟ ਮਿਲਣੀ ਚਾਹੀਦੀ ਆ। ਇਹਨਾਂ ਨੇ ਕਈ ਮੈਂ ਡਿਗਰੀਆਂ ਵਾਲੇ ਬੰਦੇ ਦੇਖੇ ਨੇ ਜਿਹੜੇ ਬਾਅਦ 'ਚ ਸਾਡੇ ਨਾਲ ਥੀਏਟਰ ਜਾ ਕੇ ਜੁੜਦੇ ਨੇ, MA ਅੱਗੇ MPhil PhD ਵਾਲੇ ਬੈਠੇ ਨੇ, ਜੋਬ ਹੀ ਨਹੀਂ ਹੈਗੀ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਪੰਜਾਬ ਦਾ ਨੌਜਵਾਨ ਹੈ, ਇਹ ਪੰਜਾਬ ਦਾ ਭਵਿੱਖ ਹੈ, ਜਿਹਦਾ ਰੋਸ ਜਿਹੜਾ ਹੈ ਉਹ ਜ਼ਾਹਰ ਹੋ ਰਿਹਾ ਹੈ ਕਿ ਸਰਕਾਰਾਂ ਵਾਅਦੇ ਤਾਂ ਬਹੁਤ ਕਰਦੀਆਂ ਨੇ, ਸਰਕਾਰਾਂ ਦਾਅਵੇ ਤਾਂ ਬਹੁਤ ਕਰਦੀਆਂ ਨੇ, ਪਰ ਉਹਨਾਂ ਦਾਅਵਿਆਂ ਦੀ ਜ਼ਮੀਨੀ ਹਕੀਕਤ ਕੀ ਹੈ ਇਹ ਨੌਜਵਾਨ ਜਿਹੜੇ ਆ ਉਹ ਪੇਸ਼ ਕਰ ਰਹੇ ਨੇ। ਵਿਧਾਨ ਸਭਾ ਦੇ ਪਾਰਲੀਮੈਂਟ ਦੇ ਇਜਲਾਸ ਦੀ ਗੱਲ ਹੋਈ ਹੈ, ਕੁੱਲ ਮਿਲਾ ਕੇ ਸਿੱਟਾ ਜਿਹੜਾ ਨਿਕਲਿਆ ਉਹ ਇਹੀ ਨਿਕਲਿਆ ਕਿ ਉਹਨਾਂ ਇਜਲਾਸ ਦੇ ਦੌਰਾਨ ਹੰਗਾਮੇ ਹੁੰਦੇ ਨੇ, ਪੈਸੇ ਦੀ ਦੁਰਉਪਯੋਗ ਹੁੰਦਾ ਹੈ, ਵੇਸਟੇਜ ਹੁੰਦੀ ਹੈ, ਸਮਾਂ ਬਰਬਾਦ ਹੁੰਦਾ ਹੈ, ਜਨਤਾ ਦਾ ਸਮਾਂ ਬਰਬਾਦ ਹੁੰਦਾ ਹੈ, ਪਰ ਉਹਨਾਂ ਦਾ ਸਿੱਟਾ ਜਿਹੜਾ ਹੈ ਉਹ ਜ਼ੀਰੋ ਨਿਕਲਦਾ ਹੈ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਇੰਨਾ ਹੀ, ਕੱਲ੍ਹ ਫਿਰ ਹਾਜ਼ਰ ਹੋਵਾਂਗੇ ਲਵਾਂ ਇੱਕ ਨਵਾਂ ਵਿਸ਼ਾ। ਫਿਲਹਾਲ ਮੈਨੂੰ ਯਾਨੀ ਅੰਮ੍ਰਿਤ ਵਿਰਦੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।